ਸਤਿਕਾਲ ਜੀ, ਮੈਂ ਸਨੀ ਸੂਜਾਪੁਰ ਤੁਹਾਡਾ ਪੈਰੇਦਾਰ ਚੈਨਲ ਦੇ ਵਿੱਚ ਸਵਾਗਤ ਕਰਦਾ ਹਾਂ ਤੇ ਅੱਜ ਅਸੀਂ ਦੁਬਾਰਾ ਤੋਂ ਅੱਜ ਦੀਆਂ ਚਰਚਿਤ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਜਸਪਾਲ ਸਿੰਘ ਹੀਰਾ। ਹੀਰਾ ਸਾਹਿਬ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਹੀਰਾ ਸਾਹਿਬ, ਅੱਜ ਦੇ ਇਤਿਹਾਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਜੀ, ਅੱਜ ਤੇ ਕੱਲ੍ਹ ਦਾ ਜਿਹੜਾ ਇਤਿਹਾਸ। ਅੱਜ ਦਾ ਜਿਹੜਾ ਇਤਿਹਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਉਸ ਵੇਲੇ ਆਦਿ ਗ੍ਰੰਥ ਅਸੀਂ ਕਹਿੰਦੇ ਸੀ ਪਹਿਲਾਂ, ਪੋਥੀ ਸਾਹਿਬ ਕਹਿੰਦੇ ਜੀ। ਗੁਰੂ ਨਾਨਕ ਪਾਤਸ਼ਾਹ ਨੇ ਮਤਲਬ ਸ਼ੁਰੂ ਤੋਂ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਸਿੱਖ ਕੌਮ ਨੂੰ ਆ ਜਿਹੜੀ ਇਹ ਗੁਰਬਾਣੀ ਦੇ ਰੂਪ ਦੇ ਵਿੱਚ ਇੱਕ ਪੋਥੀ ਦੀ ਗੱਲ ਕਰ ਲਈਏ, ਗ੍ਰੰਥ ਦੀ ਗੱਲ ਕਰ ਲਈਏ, ਸੋ ਉਹਨਾਂ ਦੇ ਮਨ ਵਿੱਚ ਸੀ। ਜਦੋਂ ਉਹ ਆਪਣੀਆਂ ਉਦਾਸੀਆਂ 'ਚ ਗਏ, ਚਾਰ ਉਦਾਸੀਆਂ ਉਹਨਾਂ ਨੇ ਕੀਤੀਆਂ ਵੱਖੋ ਵੱਖਰੇ ਕੋਨਿਆਂ ਦੇ ਵਿੱਚ, ਦੁਨੀਆਂ ਦੇ ਸਾਰੇ ਹਿੱਸਿਆਂ ਦੇ ਵਿੱਚੋਂ ਗਏ, ਸਾਰੇ ਧਰਮਾਂ ਦੇ ਕਈ ਮੁੱਖ ਕੇਂਦਰ ਸੀ ਜਿਹੜੇ ਉੱਥੇ ਗਏ। ਸੋ ਉਹਨਾਂ ਨੇ ਜਿੱਥੇ ਵੀ ਉਹਨਾਂ ਨੂੰ ਭਗਤਾਂ ਦੀ ਪ੍ਰਾਪਤ, ਭਗਤਾਂ ਦੀ ਜਿਹੜੀ ਬਾਣੀ ਹੈ ਜਿਹੜੀ ਉਹਨਾਂ ਨੂੰ ਪ੍ਰਾਪਤ ਹੋਈ, ਉਹ ਉਹਨਾਂ ਨੇ ਪੋਥੀਆਂ ਦੇ ਰੂਪ 'ਚ ਇਕੱਠੀ ਕੀਤੀ। ਉਸ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਪੈਸ਼ਲ ਰੂਪ 'ਚ ਸਿੰਘਾਂ ਨੂੰ ਭੇਜ ਕੇ ਪੁਰਾਤਨ ਭਗਤਾਂ ਦੀ ਬਾਣੀ ਸੀ ਜਿਹੜੀ ਉਹ ਇਕੱਠੀ ਕੀਤੀ ਜੀ। ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੁਪਨਾ ਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਹਨਾਂ ਨੇ ਸੰਪਾਦਨਾ ਕੀਤੀ ਜੀ। ਭਾਈ ਗੁਰਦਾਸ ਜੀ ਤੋਂ ਆਦਿ ਗ੍ਰੰਥ ਸੀ ਜਿਹੜਾ ਉਹ ਲਿਖਵਾਇਆ ਗਿਆ ਜੀ। ਗੁਰੂ ਸਾਹਿਬ ਕੋਲ ਬੈਠ ਕੇ, ਜਿਹਨੂੰ ਗੁਰਦਾਸ ਰਾਮ ਸੰਤ ਸਾਹਿਬ ਆਪਾਂ ਕਹਿੰਦੇ ਹਾਂ, ਉਸ ਸਮੇਂ ਬੈਠ ਕੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਇਹਦੀ ਰਚਨਾ ਸੀ ਜਿਹੜੀ ਕਰਵਾਈ। ਅਤੇ ਅੱਜ ਦੇ ਦਿਨ ਉਦੋਂ 14 ਭਾਦੋ ਦਾ ਦਿਨ ਸੀ ਅਤੇ 31 ਅਗਸਤ ਸੀ, 1 ਸਤੰਬਰ ਵਾਲੇ ਦਿਨ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਸੀ। ਮੰਨਿਆ ਜਾਂਦਾ ਵੀ ਭਾਦੋ ਸੁਦੀ ਏਕਮ ਆ ਜਿਹੜੀ 1604 ਈਸਵੀ ਦੀ, 57 ਸਾਲ ਅਸੀਂ ਇਹਦੇ 'ਚ ਜੋੜਦੀ, 1662 ਬਿਕਰਮੀ ਬਣ ਜਾਂਦਾ ਜੀ। ਈਸਵੀ ਸਾਡੇ 'ਚ 57 ਸਾਲ ਜੋੜ ਦਈਏ ਅਤੇ ਉਹ ਬਿਕਰਮੀ ਬਣ ਜਾਂਦਾ ਬਸ। ਤਾਂ 1661 ਬਿਕਰਮੀ, 1604 ਈਸਵੀ ਸਨ 'ਚ 14 ਭਾਦੋ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਜੀ। ਜਦੋਂ ਉਸ ਸਮੇਂ ਮਤਲਬ ਪੋਥੀ ਸਾਹਿਬ ਕਿਹਾ ਜਾਂਦਾ ਸੀ, ਜਦੋਂ ਮਤਲਬ ਪ੍ਰਕਾਸ਼ ਕਰ ਦਿੱਤਾ ਗਿਆ ਉਦੋਂ ਆਦਿ ਗ੍ਰੰਥ ਕਿਹਾ ਗਿਆ ਜੀ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਪੂਰਨ ਕਰਕੇ 9ਵੇਂ ਗੁਰੂ ਦੀ ਬਾਣੀ ਵਿੱਚ ਦਰਜ ਕਰਕੇ ਨੰਦੇੜ ਦੀ ਧਰਤੀ 'ਤੇ, ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਸਾਹਮਣੇ ਆਏ। ਸੋ ਅੱਜ ਦੇ ਦਿਨ ਜਿਹੜੀ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ, ਉਹਦੀ ਅੱਜ ਸੰਪੂਰਨਤਾ ਹੋਈ ਸੀ ਜੀ। ਕੱਲ੍ਹ ਉਹਨਾਂ ਦਾ ਪਹਿਲਾ ਪ੍ਰਕਾਸ਼ ਸੀ ਜਿਹੜਾ, ਫਿਰ ਗੁਰਦੁਆਰਾ ਜਿਹੜਾ ਰਾਮਸਰ ਸਾਹਿਬ ਆ ਉੱਥੋਂ ਸੰਗਤਾਂ ਸੀ ਜਿਹੜੀਆਂ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਬਾਰ ਸਾਹਿਬ ਲੈ ਕੇ ਆਈਆਂ, ਬਾਬਾ ਬੁੱਢਾ ਜੀ ਦੇ ਅਸੀਸ 'ਤੇ ਸੁਸ਼ੋਭਿਤ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੁਦ ਮਤਲਬ ਚੌਰ ਕੀਤਾ ਜੀ। ਅਤੇ ਉਹ ਕੱਲ੍ਹ 31 ਅਗਸਤ ਵਾਲੇ ਦਿਨ ਸਮੁੱਚੇ ਵਿਸ਼ਵ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਜਿਹੜਾ ਪੂਰੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਵਾ, ਸਾਡੇ ਲਈ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਦਿਨ ਆ ਇਹ। ਇਤਿਹਾਸਕ ਵੀ, ਪਵਿੱਤਰ ਵੀ, ਮਹਾਨ ਵੀ, ਕਿਉਂਕਿ ਦੁਨੀਆਂ ਦਾ ਇੱਕੋ ਇੱਕ ਗ੍ਰੰਥ ਹੈ ਜਿਹੜਾ ਧਾਰਮਿਕ ਗ੍ਰੰਥ ਹੈ ਕਿਸੇ ਕੌਮ ਦਾ, ਜਿਹਨੂੰ ਉਹਦੇ ਰਹਿਬਰਾਂ ਨੇ, ਗੁਰੂ ਸਾਹਿਬਾਨ ਨੇ ਖੁਦ ਆਪਣੇ ਕਰ ਕਮਲਾਂ ਦੇ ਨਾਲ ਲਿਖਿਆ। ਦੁਨੀਆਂ ਦਾ ਕੋਈ ਵੀ ਹੋਰ ਧਾਰਮਿਕ ਗ੍ਰੰਥ ਨਹੀਂ ਹੈ ਜਿਹਨੂੰ ਉਸ ਧਰਮ ਦੇ ਰਹਿਬਰ ਨੇ ਖੁਦ ਆਪਣੇ ਹੱਥੀਂ ਲਿਖਿਆ ਹੋਵੇ।
ਜੀ। ਸੋ ਇਹ ਪਹਿਲਾ ਧਰਮ ਹੈ ਤੇ ਦੂਜਾ ਇਹ ਹੈ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੁਰਕੀ ਬਾਣੀ ਹੈ ਜੀ। ਸੋ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਜਿਹੜਾ ਤੁਰਕੀ ਬਾਣੀ ਆ ਤੇ ਸਾਡੇ ਲਈ ਇਹ ਸਿੱਖ ਕੌਮ ਦੇ ਲਈ ਬੜੀ ਮਹਾਨਤਾ ਦੀ ਗੱਲ ਭਾਵੇਂ ਤਾਂ ਪੂਰੀ ਮਾਨਵਤਾ ਲਈ ਗੱਲ ਆਏ ਕਿ ਸਾਨੂੰ ਹਰ ਖੇਤਰ ਦੇ ਵਿੱਚ ਮਤਲਬ ਹਰ ਖੇਤਰ 'ਚ ਕੋਈ ਵੀ ਖੇਤਰ ਧਾਰਮਿਕ ਆ ਰਾਜਨੀਤਿਕ ਆ ਸਮਾਜਿਕ ਆ ਆਰਥਿਕ ਆ ਸੱਭਿਆਚਾਰਕ ਆ ਕੋਈ ਵੀ ਦੁਨੀਆਂ ਦਾ ਖੇਤਰ ਆ ਜਿਹੜਾ ਵਿਗਿਆਨਕ ਖੇਤਰ ਹੀ ਬਲਕਿ ਇੱਥੋਂ ਤੱਕ ਕਿ ਵਿਗਿਆਨਕ ਖੇਤਰ ਆ ਜਿਹੜਾ ਉਹਦੇ ਵਿੱਚ ਵੀ ਜੇ ਸਾਨੂੰ ਅਗਵਾਈ ਦੀ ਲੋੜ ਆ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮਿਲਦੀ ਹੈ ਜੀ। ਹਾਲੇ ਤੱਕ ਵੀ ਵਿਗਿਆਨ ਆ ਜਿਹੜਾ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਦਰਜ ਹੈ ਉਹਨਾਂ ਚੀਜ਼ਾਂ ਨੂੰ ਝੁਟਲਾ ਨਹੀਂ ਸਕਦੇ, ਉਹ ਸੇਧ ਲੈਂਦੇ ਆ ਜੀ। ਵਿਗਿਆਨੀ ਵੀ ਹੈ ਜਿਹੜੇ ਖੋਜਕਾਰ ਵੀ ਨੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਿਹੜੇ ਜਦੋਂ ਉਹ ਮਤਲਬ ਕੁਦਰਤ ਦੀਆਂ ਬਰੀਕੀਆਂ ਦੀ ਗੱਲ ਕਰਦੇ ਨੇ ਕੁਦਰਤ ਦੇ ਭੇਦਾਂ ਦੀ ਗੱਲ ਕਰਦੇ ਨੇ ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸੇਧ ਲੈਂਦੇ ਨੇ ਕਿ ਗੁਰੂ ਸਾਹਿਬ ਵੱਲੋਂ ਇਹ ਇਸ ਗੱਲ ਬਾਰੇ ਕੀ ਕਿਹਾ ਗਿਆ ਵਾ ਜੀ। ਸੋ ਐਡੀ ਵੱਡੀ ਉਹਨਾਂ ਨੇ ਜਿਹੜੀ ਵੀ ਧਰਤੀ ਦੀ ਜਿਹੜੀ ਹੋਂਦ ਆ ਜਿਹੜੀ ਇਹ ਧਰਤੀ ਕਿਵੇਂ ਆ ਜਿਹੜੀ ਹੋਂਦ ਚ ਆਈ ਉਹਦੇ ਲਈ ਉਹਨਾਂ ਨੇ ਐਡੀ ਵੱਡੀ ਖੋਜ ਕੀਤੀ ਮਤਲਬ ਲੱਖਾਂ ਕਰੋੜਾਂ ਰੁਪਈਆ ਜਿਹੜਾ ਡਾਲਰ ਆ ਜਿਹੜੇ ਉਹਦੇ 'ਤੇ ਉਹਨਾਂ ਨੇ ਆਪਣੇ ਖਰਚ ਕੀਤੇ ਤੋ ਗੁਰੂ ਸਾਹਿਬ ਨੇ ਉਹ ਗੱਲ ਆ ਜਿਹੜੀ ਉਹ ਅਰਬਤ ਨਰਬਤ ਦੁਕਾਰਾ 'ਚ ਸਾਹਮਣੇ ਸਪਸ਼ਟ ਕੀਤੀ ਹੋਈ ਆ। ਸੋ ਉਹ ਸਾਰਾ ਕੁਛ ਲੱਖ ਪਤਾਲਾਂ ਪਤਾ ਲੱਖ ਗਾਸਾਂ ਗਾਸਾਂ ਅੱਜ ਸਾਇੰਸਦਾਨ ਨੇ ਜਿਹੜੇ ਲੱਗੇ ਹੋਏ ਨੇ ਵੀ ਆਹ ਜਿਹੜਾ ਗ੍ਰਹਿ ਹੈ ਤੋਂ ਅੱਗੇ ਹੋਰ ਕਿਹੜਾ ਗ੍ਰਹਿ ਉਹ ਤੋਂ ਅੱਗੇ ਹੋਰ ਕਿਹੜਾ ਗ੍ਰਹਿ ਆ ਪਰ ਗੁਰੂ ਸਾਹਿਬ ਉਸ ਵੇਲੇ ਇਹ ਗੱਲ ਕਿ ਲੱਖ ਪਤਾਲਾਂ ਪਤਾ ਲੱਖ ਗਾਸਾਂ ਕਿ ਧਰਤੀ ਹੈ ਜਿਹੜੀ ਇਹ ਜਿਹੜੀ ਬ੍ਰਹਿਮੰਡ ਆ ਇਹਨਾਂ ਦਾ ਤਾਂ ਕੋਈ ਹਿਸਾਬ ਕਿਤਾਬ ਵੀ ਨਹੀਂ ਹੈ। ਸੋ ਗੁਰੂ ਸਾਹਿਬ ਨੇ ਮਤਲਬ ਹਰ ਖੇਤਰ ਦੇ ਵਿੱਚ ਸਾਨੂੰ ਅਗਵਾਈ ਦਿੱਤੀ ਹੋਈ ਹੈ ਤੇ ਇਸੇ ਕਰਕੇ ਅਸੀਂ ਅੱਜ ਦਾ ਜਿਹੜਾ ਦਿਨ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੰਪੂਰਨਤਾ ਹੋਈ ਹੈ ਇਹ ਕੌਮ ਦੇ ਲਈ ਇੱਕ ਬਹੁਤ ਵੱਡੀ ਮਹਾਨਤਾ ਵੀ ਹੈ, ਕੌਮ ਦੀ ਬਹੁਤ ਵੱਡੀ ਪ੍ਰਾਪਤੀ ਦਾ ਦਿਨ ਵੀ ਹੈ ਤੇ ਸਾਨੂੰ ਅੱਜ ਦੇ ਦਿਨ ਇਹ ਗੱਲ ਜ਼ਰੂਰ ਯਾਦ ਕਰਨੀ ਪਊਗੀ ਕਿ ਜਿਹੜਾ ਅਨਮੋਲ ਖਜ਼ਾਨਾ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਨੇ ਕਿ ਅਸੀਂ ਉਸ ਖਜ਼ਾਨੇ ਦਾ ਕੋਈ ਲਾਹਾ ਲਿਆ। ਬਿਲਕੁਲ। ਸੋ ਇਹ ਅੱਜ ਦੇ ਦਿਨ ਕੌਮ ਦੇ ਲਈ ਸੋਚਣ ਦੀ ਗੱਲ ਹੈ ਕਿ ਸਾਨੂੰ ਗੁਰੂ ਸਾਹਿਬ ਵਿਸ਼ਵ ਦੀ ਸਰਦਾਰੀ ਬਖਸ਼ ਕੇ ਗਏ ਨੇ ਤੇ ਅਸੀਂ ਕਿੱਥੇ ਖੜ ਗਏ ਹਾਂ, ਅਸੀਂ ਕਿੱਥੇ ਸਿਮਟ ਕੇ ਰਹਿ ਗਏ ਹਾਂ। ਖੜ ਕੇ ਵਾਲੀ ਗੱਲ ਤਾਂ ਦੂਰ ਦੂਰ ਦੀ ਗੱਲ ਹੈ, ਅਸੀਂ ਸਿਮਟ ਕੇ ਰਹਿ ਗਏ ਹਾਂ। ਸੋ ਕੀ ਅਸੀਂ ਮਤਲਬ ਉਸ ਪਾਏ ਦੇ ਹਾਂ ਜਿਸ ਪਾਏ ਦੇ ਸਮਝ ਕੇ ਸਾਨੂੰ ਗੁਰੂ ਸਾਹਿਬ ਨੇ ਐਡੇ ਅਨਮੋਲ ਖਜ਼ਾਨੇ ਦੇ ਵਾਰਸ ਬਣਾਇਆ ਸੀ ਕਿ ਸੱਚੀ ਮੁੱਚੀ ਅਸੀਂ ਉਸਦੇ ਵਾਰਸ ਕਹਾਉਣ ਦੇ ਹੱਕਦਾਰ ਹਾਂ, ਇਹ ਸਵਾਲ ਜ਼ਰੂਰ ਅੱਜ ਦਾ ਦਿਨ ਆ ਜਿਹੜਾ ਸਾਡੇ ਸਾਹਮਣੇ ਖੜੇ ਕਰ। ਇਹ ਅੱਜ ਦਾ ਇਤਿਹਾਸ ਸੀਗਾ। ਸੋ ਕਰਤਾਰਪੁਰ ਲਾਂਘੇ ਦੀ ਗੱਲ ਕਰਦੇ ਹਾਂ ਹੀਰਾ ਸਾਹਿਬ। ਕਰਤਾਰਪੁਰ ਲੰਘ ਦੋਨੇ ਮੁਲਕਾਂ ਦੇ ਵਾਸੀਓਂ ਜਿਹੜੇ ਜੰਗ ਵਾਲੇ ਬਿਆਨ ਤਾਂ ਆਉਂਦੇ ਆ, ਇਹਦੇ ਵਿੱਚ ਇੱਕ ਗੱਲ ਤਾਂ ਹੈ ਕਿ ਕਰਤਾਰਪੁਰ ਲਾਂਘੇ ਦਾ ਜਿਹੜਾ ਹੈਗਾ ਕੰਮ ਉਹ ਨਹੀਂ ਰੁਕੂਗਾ, ਠੀਕ ਹੈ। ਪਰ ਅੱਜ ਤਕਨੀਕੀ ਮਾਹਰਾਂ ਦੀ ਚੌਥੀ ਬੈਠਕ ਹੋਈ ਆ ਅਤੇ ਆਪਣੇ ਇੱਧਰਲੇ ਜਿਹੜੇ ਚੀਫ ਇੰਜੀਨੀਅਰ ਆ ਉਹਨਾਂ ਨੇ ਚਲੋ ਬੈਠਕ ਤਾਂ ਕੀਤੀ ਆ, ਉਦੋਂ ਬਾਅਦ ਇੱਕ ਬਿਆਨ ਵੀ ਦਿੱਤਾ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਪਾਕਿਸਤਾਨ ਦੇ ਪੱਖੀ ਨਾਅਰੇ ਲੱਗੇ ਨੇ ਵੀ ਆਪਣੇ ਹੱਦ ਦੇ ਵਿੱਚ, ਚਾਹੇ ਉਹ ਜਿੰਦਾਬਾਦ ਕਹਿਣ ਅਤੇ ਮੁਰਦਾਬਾਦ ਕਹਿਣ। ਅਤੇ ਇਹ ਇਹ ਬਿਆਨ ਦਾ ਕੀ ਮਤਲਬ ਸਮਝਦੇ ਆ ਜੀ? ਦੇਖੋ ਗੱਲ ਤਾਂ ਇਹ ਆ ਕਿ ਇਹ ਜਿਹੜੇ ਹਿੰਦੁਸਤਾਨ ਦੇ ਇੰਜੀਨੀਅਰ ਨੇ, ਪਹਿਲੀ ਗੱਲ ਤਾਂ ਉਹਨਾਂ ਦਾ ਇਹ ਇਹ ਇਸ ਗੱਲ ਦੇ ਵਿੱਚ ਪੈਣ ਦਾ ਕੋਈ ਅਰਥ ਹੀ ਨਹੀਂ ਜੀ। ਇਹ ਤਾਂ ਰਾਜਨੀਤਿਕ ਲੋਕਾਂ ਦੇ ਕੰਮ ਨੇ ਜੀ। ਜਿਹੜਾ ਮਾਹਰ ਲੋਕ ਨੇ ਉਹਨਾਂ ਦਾ ਕੰਮ ਤਾਂ ਇਹ ਆ ਕਿ ਉਹਨਾਂ ਨੂੰ ਜਿਹੜੀ ਡਿਊਟੀ ਸੌਂਪੀ ਗਈ ਉਹਨਾਂ ਤਾਂ ਉਹ ਕਰਨੀ ਆ ਕਿ ਲਾਂਘਾ ਵਾ ਜਿਹੜਾ ਉਹ ਕਿਵੇਂ ਬਣਾਉਣਾ ਵਾ, ਉਹਦੇ ਕਿਹੜੇ ਕਿਹੜੇ ਪੱਖ ਨੇ, ਕਿਹੜੀਆਂ ਕਿਹੜੀਆਂ ਗੱਲਾਂ ਨੇ, ਕਿਹੜੀਆਂ ਕਮੀਆਂ ਨੇ, ਕਿਹੜੀਆਂ ਪੇਸ਼ੀਆਂ ਨੇ, ਕਿਵੇਂ ਉਹਨਾਂ ਨੂੰ ਦੂਰ ਕਰਨਾ। ਉਹਨਾਂ ਦਾ ਕੰਮ ਤਾਂ ਇਹ ਸੀਗਾ ਕਿ ਇੱਕ ਦੂਜੇ ਨਾਲ ਜਿਹੜਾ ਉਹਨਾਂ ਨੇ ਵਟਾਂਦਰਾ ਕਰਨਾ ਸੀ ਕਿ ਤੁਹਾਡੇ ਵਾਲੇ ਪਾਸੇ ਤੋਂ
ਇੰਨਾ ਕੰਮ ਹੋ ਗਿਆ ਸਾਡੇ ਵਾਲੇ ਪਾਸੇ ਤੋਂ ਆਹ ਹੋਇਆ, ਇਹਨੂੰ ਆਪਾਂ ਜਿਹੜਾ 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 ਨੇੜੇ ਜਾ ਕੇ ਜਿਹੜਾ ਇਹਨਾਂ ਨੇ ਸਾਂਝੇ ਰੂਪ 'ਚ ਕਰਨਾ ਵਾ ਉਹਨੂੰ ਕਿਵੇਂ ਕੀਤਾ ਜਾਊਗਾ। ਸੋ ਹੁਣ ਪਾਕਿਸਤਾਨ ਵਾਲੇ ਪਾਸੇ ਜੇ ਕੋਈ ਪਾਕਿਸਤਾਨ ਜਿੰਦਾਬਾਦ ਕਹਿੰਦਾ ਉਹਦੀ ਸਾਨੂੰ ਕਿਉਂ ਤਕਲੀਫ ਹੁੰਦੀ ਹੈ? ਜੇ ਹੁਣ ਭਾਰਤ ਵਾਲੇ ਪਾਸੇ ਕੋਈ ਭਾਰਤ ਜਿੰਦਾਬਾਦ ਕਹਿੰਦਾ ਵਾ ਤਾਂ ਭਾਰਤ ਮਾਤਾ ਦੀ ਜੈ ਕਹਿੰਦਾ ਵਾ ਤਾਂ ਉਹਨਾਂ ਨੂੰ ਤਕਲੀਫ ਕਿਉਂ ਹੁੰਦੀ ਆ? ਸੋ ਇਹ ਗੱਲਾਂ ਨੇ ਜਿਹੜੀਆਂ ਬਿਲਕੁਲ ਜਿਹੜੀ ਅਸੀਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਹਿੰਦੂ ਦੀ ਤਵੀ ਸੋਚ ਆ ਜਿਹੜੀ ਉਹ ਕਿਤੇ ਨਾ ਕਿਤੇ ਆ ਜਿਹੜੀ ਉਹ ਅਲਰਜੀ ਮੰਨਣ ਲੱਗ ਗਈ ਆ। ਉਹ ਕਮਾਕਾਰਾਂ ਤੇ ਜਿਹੜੇ ਇੰਜੀਨੀਅਰ ਆ, ਇੰਜੀਨੀਅਰ ਦੇ ਵੱਲੋਂ ਬਿਆਨ ਦੇਣਾ ਉਹ ਕਿਤੇ ਨਾ ਕਿਤੇ ਉਹਨਾਂ ਦਾ ਤਾਂ ਅਰਥ ਹੀ ਨਹੀਂ ਬਣਦਾ ਜੀ। ਜੇ ਕੋਈ ਰਾਜਸੀ ਬੰਦਾ ਨਾਲ ਗਿਆ ਹੁੰਦਾ ਉਹ ਇਹੋ ਜਿਹੀ ਗੱਲ ਕਰ ਦਿੰਦਾ? ਹਾਂ, ਕੋਈ ਤਕਨੀਕੀ ਗੱਲ ਕਰਦੇ ਉੱਤੇ ਕਿਸੇ ਮੁੱਦੇ ਤੇ ਕਿ ਅਸੀਂ ਆਹ ਗੱਲ ਕਰ ਰਹੇ ਹਾਂ। ਗੱਲ ਤਾਂ ਇਹ ਕਰਦੇ ਨੇ ਪਾਕਿਸਤਾਨ ਦਾ ਲਾਂਘਾ ਬਣਾਇਆ ਜੀ, ਉਹਨਾਂ ਨੇ 90% ਦੀ ਕੰਮ ਪੂਰਾ ਕਰਤਾ ਜੀ, ਆਹ ਉਹਦੇ 'ਚ ਕਮੀਆਂ ਨੇ, ਆਹ ਫਿਰ ਤਾਂ ਮੰਨਦੇ ਤੁਹਾਨੂੰ ਲੱਗਦਾ ਹੀ ਹੈ ਵੀ ਪਾਕਿਸਤਾਨ ਦੀ ਨਿਖੇਧੀ ਹੀ ਕਰਨੀ ਆ, ਤੁਸੀਂ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਉਹ ਕੱਢੋ ਜੀ, ਵੀ ਆਹ ਲਾਂਘੇ 'ਚ ਆਹ ਕਮੀਆਂ ਰੱਖੀਆਂ ਹੋਈਆਂ ਇਹਨਾਂ ਨੇ, ਉਹ ਦੂਰ ਕਰਨੀਆਂ ਚਾਹੀਦੀਆਂ ਨੇ। ਸੋ ਤਕਨੀਕੀ ਮਾਹਰਾਂ ਦਾ ਇਹੋ ਜਿਹੀਆਂ ਜਿਹੜੀਆਂ ਰਹੱਸੀ ਗੱਲਾਂ, ਉਹਨਾਂ ਦੇ ਨਾਲ ਨਾ ਕੋਈ ਲਿੱਕਾ ਤੇ ਨਾ ਕੋਈ ਲਿੱਕਾ, ਸਿਰਫ ਇਹਨਾਂ ਦੀ ਸੋਚ ਆ ਜਿਹੜੀ ਉਹਦਾ ਪ੍ਰਗਟਾਵਾ ਜੀ। ਪੀ ਚਿਦੰਬਰਮ ਦੀ ਅੱਜ ਉਹਨਾਂ ਦੇ 5 ਦਿਨਾਂ ਦਾ ਰਿਮਾਂਡ ਜਿਹੜਾ ਖਤਮ ਹੁੰਦਾ ਸੀਗਾ ਅਤੇ ਅੱਜ ਫਿਰ ਉਹਨਾਂ ਨੂੰ 3 ਦਿਨਾਂ ਦੇ ਰਿਮਾਂਡ 'ਤੇ ਭੇਜਤਾ ਅਤੇ ਹੁਣ 3 ਦਿਨ ਹੋਰ ਰਿੜਕੂਗੀ, ਕੀ ਉਹ ਮੰਗਣੀ ਕੱਢਣੀ ਹੈ ਜੀ ਉਹ 'ਚੋਂ? ਦੇਖੋ, ਪੀ ਚਿਦੰਬਰਮ ਬੇਚਾਰਾ ਇੱਕ ਤਾਂ ਪੁੱਤਰ ਮੂੰਹ 'ਚ ਮਾਰਿਆ ਗਿਆ, ਦੂਜਾ ਜਿਹੜਾ ਮਤਲਬ ਰਾਜਸੀ ਬਦਲਾਪੁਰੀ ਆ ਜਿਹੜੀ ਅਮਿਤ ਸ਼ਾਹ ਅਤੇ ਮੋਦੀ ਦੀ ਜੋੜੀ ਦੀ ਰਾਜਸੀ ਬਦਲਾਪੁਰੀ ਆ ਉਹ ਕੰਮ ਕਰ ਰਹੀ ਆ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਤੱਕ ਜੋ ਕੁਛ ਸਾਹਮਣੇ ਆਇਆ ਉਹਦੇ 'ਚ ਇਹ ਲੱਗਦਾ ਵੀ ਆ ਕਿ ਪੀ ਚਿਦੰਬਰਮ ਆ ਜਿਹੜਾ ਉਹ ਪੁੱਤ ਮੂੰਹ 'ਚ ਜਿਹੜਾ ਉਹਦਾ ਬੇਟਾ ਵਾ ਕ੍ਰਾਂਤੀ, ਉਹਨੂੰ ਉਹਨੇ ਬਹੁਤ ਸਾਰੀਆਂ ਜਿਹੜੀਆਂ ਛੋਟਾਂ ਦਿੱਤੀਆਂ ਜਾਂ ਪੁੱਤ ਲੈ ਹੀ ਲੈਂਦੇ ਨੇ ਅੱਜ ਦੇ ਜ਼ਮਾਨੇ 'ਚ। ਸੋ ਉਹ ਜਿਹੜੀਆਂ ਉਹ ਪੂਰਨ ਰੂਪ 'ਚ ਅਯੋਗ ਨੇ, ਨਜਾਇਜ਼ ਨੇ, ਸੋ ਉਹਦਾ ਖਮਿਆਜ਼ਾ ਜਿਹੜਾ ਉਹਨੂੰ ਅੱਜ ਭੁਗਤਣਾ ਪੈ ਰਿਹਾ। ਪਰ ਦੂਜਾ ਜਿਹੜਾ ਉਹਦਾ ਆਪਣਾ ਇਸ ਜੋੜੀ ਦੇ ਨਾਲ ਛੱਤੀ ਦਾ ਅੰਕੜਾ ਸੀਗਾ ਉਹ ਵੀ ਕੰਮ ਕਰ ਰਿਹਾ ਵਾ, ਇਸ ਕਰਕੇ ਜਿਹੜਾ ਹੁਣ ਆਖਰ ਨੂੰ ਹੌਲੀ ਹੌਲੀ ਹੁਣ ਮੋਦੀ ਸਾਰਿਆਂ ਨੂੰ ਗੁੱਡੇ ਲੈਣ ਲਾਈ ਜਾਂਦੇ। ਦੇਖੋ, ਪਹਿਲਾਂ ਉਹਨੇ ਆਪਦੇ ਲਾਤੇ ਆ, ਹੁਣ ਜਿਹੜੇ ਮਾੜੇ ਮੋਟੇ ਉਹਨਾਂ ਨੂੰ ਲੱਗਦਾ ਵੀ ਕਾਂਗਰਸ ਹੈ ਜਿਹੜੀ ਇਹਦੇ 'ਚ ਕੋਈ 4-5 ਕਿਤੇ ਕੁਦਰਤ ਵੱਲੋਂ ਵਾਢਾ ਲੱਗਾ ਹੋਇਆ ਵਾ, ਦੂਜਾ ਇਹਨੂੰ ਇਹ ਲੱਗਦਾ ਵੀ ਜੇ ਹੁਣ ਉਹਦੇ ਨਾਲ ਨਾਲ ਆ ਜਿਹੜਾ ਵਾਢਾ ਜਿਹੜਾ ਮੈਂ ਵੀ ਧਰ ਲਾਂ, ਅਤੇ ਜਿਹੜੇ ਸਿਆਣੇ ਕਾਂਗਰਸੀ ਮੰਨੇ ਜਾਂਦੇ ਆ ਉਹਨਾਂ ਨੂੰ ਮਤਲਬ ਆਹ ਦਿਖਾ ਕੇ ਕਿ ਚਿਦੰਬਰਮ ਦਾ ਕੀ ਹਾਲ ਹੋ ਰਿਹਾ। ਇਹ ਇਹੀ ਕਾਰਨ ਹੈ ਨਾ ਕਿ ਚਿਦੰਬਰਮ ਆ ਜਿਹੜਾ ਉਹਦੇ 'ਤੇ ਹੁਣ ਇਹਨਾਂ ਨੇ ਪ੍ਰੈਸ਼ਰ ਆ ਜਿਹੜਾ ਉਹ ਲੋੜ ਤੋਂ ਵੱਧ ਵਧਾ ਤਾ ਕਿ ਦੂਜਿਆਂ ਨੂੰ ਵੀ ਸਬਕ ਦੇਣਾ ਵਾ। ਨਹੀਂ, ਇਹ ਕਿਤੇ ਪੁੱਠਾ ਨਾ ਪੈ ਜਾਏ ਜੀ ਮੋਦੀ 'ਤੇ। ਇਹ ਦੇਖੋ, ਇਸ ਵੇਲੇ ਤਾਂ ਕਿਉਂਕਿ ਜਿਹੜਾ ਮਤਲਬ ਮੋਦੀ ਦੇ ਹੱਥ 'ਚ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਹਿੰਦੂ ਤਵੀ ਆ ਜਿਹੜੀ ਉਹ ਸੋਚ ਦਾ ਜਿਹੜਾ ਉਹਨੂੰ ਲਾਹਾ ਮਿਲ ਰਿਹਾ ਵਾ, ਇਸ ਵੇਲੇ ਤਾਂ ਉਹ ਸਿਤਾਰੇ ਆ ਉਹਦੇ ਪੂਰੀ ਤਰ੍ਹਾਂ ਬੁਲੰਦ ਨੇ ਜੀ, ਅਤੇ ਕੁਦਰਤ ਨੇ ਪਾਸਾ ਕਦੋਂ ਪੁੱਠਾ ਪਾ ਦੇਣਾ ਵਾ ਇਹਦੇ ਬਾਰੇ ਵੀ ਕੁਛ ਨਹੀਂ ਕਿਹਾ ਜਾ ਸਕਦਾ ਜੀ। ਸੋ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਆਖਰ ਨੂੰ ਗੱਲ ਆ ਜਿਹੜੀ ਉਹ, ਕਾਂਗਰਸ ਆ ਉਹ ਇਸ ਵੇਲੇ ਇਸ ਸਥਿਤੀ 'ਚ ਹੀ ਨਹੀਂ ਹੈ ਕਿ ਉਹ ਮੋਦੀ ਦਾ ਕਿਸੇ ਵੀ ਰੂਪ ਦੇ ਵਿੱਚ ਵਿਰੋਧ ਕਰ ਸਕੇ ਜੀ। ਇਹ ਧਾਰਾ 370 ਦਾ ਰੇੜਕਾ ਹਾਲੇ ਮੁੱਕਦਾ ਨਹੀਂ ਲੱਗਦਾ, ਕਿਉਂਕਿ ਉੱਥੇ ਹਾਲੇ ਤੱਕ 26 ਦਿਨ ਹੋ ਗਿਆ ਹੀਰਾ ਸਾਹਿਬ ਚਿੜੀ ਨਹੀਂ ਫੜਕਣ ਦਿੱਤੀ, ਅਤੇ ਹੁਣ ਉੱਥੇ ਆਪਣੇ ਫੌਜ ਮੁਖੀ ਬਿਪਿਨ ਰਾਵਤ ਸਾਹਿਬ ਨੇ ਉਹਨਾਂ ਨੇ ਗੇੜਾ ਮਾਰਿਆ, ਅਤੇ ਉਸ ਤੋਂ ਬਾਅਦ ਕਹਿੰਦੇ ਵੀ ਧਾਰਾ ਜਿਹੜੀ 144 ਆ ਉਹ ਜਿਹੜੇ ਸੰਵੇਦਨਸ਼ੀਲ ਇਲਾਕੇ ਉਹਨਾਂ 'ਤੇ ਦੁਬਾਰਾ ਲਾਤੀ ਆ। ਮੇਰੇ ਖਿਆਲ ਹੱਟੀ ਤਾਂ ਪਹਿਲਾਂ ਹੀ ਨਹੀਂ ਸੀ, ਹੈ ਨਾ, ਇਹ ਕਿਤੇ ਚੂੜੀ ਕਸਣ ਤਾਂ ਨਹੀਂ ਗਏ? ਦੇਖੋ, ਵੀ ਇਹ ਜਿਹੜਾ ਰਾਵਤ ਆ ਉਹਦਾ ਕਸ਼ਮੀਰ ਘਾਟੀ 'ਚ ਵਾਰ ਵਾਰ ਗੇੜਾ ਮਾਰਨਾ, ਇਹ ਸਿਰਫ ਆਪਾਂ ਕਹਿੰਦੇ ਹਾਂ ਕਿ ਜਿਹੜੀਆਂ ਦੋਨਾਂ ਦੇਸ਼ਾਂ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਸਟ੍ਰੈਟਜੀ ਆ ਇੱਕ ਦੂਜੇ 'ਤੇ ਦਬਾਅ ਪਾਉਣ ਦੀ, ਉੱਧਰੋਂ ਇਮਰਾਨ ਖਾਨ ਦੇ ਮੰਤਰੀ ਆ ਜਿਹੜੇ ਉਹ
ਮਹੀਨਾ ਵੀ ਨਹੀਂ ਜਾਂਦੇ ਕਿ ਅਕਤੂਬਰ ਮਹੀਨੇ 'ਚ ਅਸੀਂ ਲੜ ਜਾਂਗਾਂ ਜਿਹੜੀ ਛੇੜ ਦੇਣੀਆਂ, ਤੋ ਇਹ ਜਿਹੜਾ ਰਾਵਤ ਦਾ ਦੌਰਾ ਵਾ ਉਹ ਤਕਰੀਬਨ ਸਾਰਾ ਕੁਛ ਹੈ ਜਿਹੜਾ ਦੋਨਾਂ ਦੇਸ਼ਾਂ ਵੱਲੋਂ ਜਿਹੜਾ ਦਬਾਅ ਬਣਾਇਆ ਜਾ ਰਿਹਾ ਇੱਕ ਦੂਜੇ 'ਤੇ ਉਹਦਾ ਹਿੱਸਾ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਨਾ ਤਾਂ ਹਿੰਦੁਸਤਾਨ ਅਤੇ ਨਾ ਪਾਕਿਸਤਾਨ, ਨਾ ਅਮਰੀਕ ਅਤੇ ਨਾ ਚੀਨ, ਕਿਉਂਕਿ ਜਿਹੜਾ ਜੰਗ ਦਾ ਫੈਸਲਾ ਵਾ ਉਹ ਅਮਰੀਕਾ ਅਤੇ ਚੀਨ ਨੇ ਕਰਨਾ ਵਾ ਜੀ। ਸੋ ਇਸ ਵੇਲੇ ਦੀ ਸਥਿਤੀ ਆ ਜਿਹੜੀ ਉਹ ਇਹ ਇਹ ਇਸ਼ਾਰੇ ਕਰ ਰਹੀ ਆ ਕਿ ਇਹ ਦੋਨੇ ਮੁਲਕ ਨੇ ਜਿਹੜੇ ਉਹ ਇਸ ਪਾਸੇ ਤੁਰਨ ਲਈ ਤਿਆਰ ਨਹੀਂ ਹੈ। ਕਿ ਆਪਾਂ ਪਹਿਲਾਂ ਵੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਟਰੰਪ ਵੱਲੋਂ ਗੋਲ ਮੋਲ ਗੱਲਾਂ ਕੀਤੀਆਂ ਗਈਆਂ ਨੇ, ਚੀਨ ਆ ਜਿਹੜਾ ਉਹ ਵੀ ਕਿਤੇ ਨਾ ਕਿਤੇ ਗੋਲ ਮੋਲ ਗੱਲ ਕਰ ਜਾਂਦਾ। ਸੋ ਉਹ ਸਾਰਾ ਕੁਝ ਦੇਖਦਿਆਂ ਹੋਇਆ ਹੁਣ ਕੱਲ੍ਹ ਉਹਨੇ ਮਿਜ਼ਾਈਲ ਦਾ ਪ੍ਰੀਖਣ ਵੀ ਕੀਤਾ ਵਾ ਆਪਣੇ ਪਾਕਿਸਤਾਨ ਨੇ। ਸੋ ਇਹ ਇੱਕ ਦਬਾਅ ਪਾਇਆ ਜਾ ਰਿਹਾ ਵਾ, ਪਰੰਤੂ ਮੈਨੂੰ ਨਹੀਂ ਲੱਗਦਾ ਕਿ ਦੋਨਾਂ ਮੁਲਕਾਂ ਦੇ ਵਿੱਚੋਂ ਕੋਈ ਮੁਲਕ ਜੰਗ ਛੇੜਨ ਦੀ ਪਹਿਲ ਕਰਨ ਦੀ ਸਮਰੱਥਾ ਚ ਜੀ। ਕਿਉਂਕਿ ਪਾਕਿਸਤਾਨ ਆ ਜਿਹੜਾ ਉਹ ਇਸ ਵੇਲੇ ਜੇ ਜੰਗ ਛੇੜਦੀ ਆ ਤਾਂ ਉਹ ਇਸ ਮੈਂ ਤਾਂ ਮਰਨਾ ਹੀ ਆ, ਨਾਲ ਲੈ ਕੇ ਮਰੂੰਗਾ ਜੀ। ਉਹਦੇ ਕੋਲ ਦੋ ਰਾਹ ਹੀ ਨਹੀਂ ਆ, ਉਹਦੇ ਕੋਲ ਇੱਕੋ ਇੱਕ ਰਾਹ ਵਾ, ਜੇ ਜੰਗ ਛੇੜਦੀ ਆ ਵੀ ਮੈਂ ਤਾਂ ਮਰ ਰਿਹਾ, ਮੈਂ ਤਾਂ ਮਰਨਾ ਵਾ, ਨਾਲ ਲੈ ਕੇ ਮਰੂੰਗਾ। ਸੋ ਹਿੰਦੁਸਤਾਨ ਕੋਲ ਗਵਾਉਣ ਨੂੰ ਬਹੁਤ ਕੁਛ ਆ ਜੀ, ਕਿਉਂਕਿ ਤੁਸੀਂ ਇਸ ਕਰਕੇ ਦੋਨੇ ਮੁਲਕ ਨੇ ਜਿਹੜੇ ਉਹਨਾਂ ਨੂੰ ਜੰਗ ਤੋਂ ਪਹਿਲਾਂ ਬਹੁਤ ਕੁਛ ਆ ਜਿਹੜਾ ਉਹ ਸੋਚਣਾ ਪੈਣਾ। ਜਿਹੜਾ ਬਾਹਰਲੀਆਂ ਗੱਲਾਂ ਹੁੰਦੀਆਂ ਨੇ ਇਹ ਹੋਰ ਹੁੰਦੀਆਂ ਨੇ, ਅੰਦਰਲੀਆਂ ਗੱਲਾਂ ਨੇ ਜਿਹੜੀਆਂ ਉਹ। ਨਲਕੇ ਪੜਦਾ ਪੜਦਾ ਫਿਲਮ ਅੱਜ ਜੀ ਗੁਰਦਾਸਪੁਰ ਦੀ ਟਿਕਟ ਲੈ ਗਿਆ ਅਤੇ ਹੁਣ ਲੋਕ ਲੱਭਦੇ ਫਿਰਦੇ ਆ ਬਈ ਹੋਰ ਕੰਮ ਨਹੀਂ ਤਾਂ ਆਉਂਦਾ ਅਤੇ ਸੈਲਫੀ ਖਿਚਾ ਲਈਏ। ਅਤੇ ਹੁਣ ਜਦੋਂ ਪੁੱਠੇ ਸਿੱਧੇ ਬਿਆਨ ਸੋਸ਼ਲ ਮੀਡੀਆ 'ਤੇ ਆਉਂਦੇ ਆ ਅਤੇ ਹੁਣ ਬਿਆਨ ਦੇ ਤਾ ਕਿ ਮੈਂ ਆਪਦੀ ਸਮਰੱਥਾ ਦੇ ਮੁਤਾਬਕ ਕੰਮ ਕਰੂੰਗਾ ਅਤੇ ਜਿਹੜੇ ਬੋਲਦੇ ਆ ਬੋਲੀ ਜਾਣ। ਦੇਖੋ ਪਹਿਲੀ ਗੱਲ ਤਾਂ ਸਰੀ ਜੀ ਇਹ ਹੀ ਆ ਕਿ ਸਾਡੇ ਵੋਟਰ ਨੂੰ ਸਿਆਣਾ ਹੋਣਾ ਪਊਗਾ, ਜਦੋਂ ਤੱਕ ਵੋਟਰ ਸਿਆਣਾ ਨਹੀਂ ਹੁੰਦਾ ਉਦੋਂ ਤੱਕ ਇਹ ਕੁਛ ਹੁੰਦਾ ਰਹੂਗਾ। ਸਭ ਨੂੰ ਪਤਾ ਸੀਗਾ ਇਸ ਗੱਲ ਦਾ ਕਿ ਅਸੀਂ ਇਹ ਜਿਹੜਾ ਫਿਲਮੀ ਹੀਰੋ ਆ ਇਹਨੂੰ ਮਤਲਬ ਆਪਦਾ ਐਮ ਪੀ ਬਣਾ ਰਹੇ ਹਾਂ, ਇਹਨੇ ਮੁੜ ਕੇ ਕਿੱਥੇ ਨਾ ਬਣਾ ਜੀ। ਇਹਨਾਂ ਨੂੰ ਪੁੱਛੇ ਫਿਰ ਇੱਥੇ ਕੀ ਅੰਬ ਲੈਣ ਆਉਣੇ ਹੋ, ਤੁਸੀਂ ਆਪਦੇ ਕੰਮ ਕਰਨੇ ਆ, ਆਪਦੇ ਕੰਮ ਕਰੀ ਜਾਓ, ਜਾਂ ਉੱਥੋਂ ਅਸਤੀਫੇ ਦਿਓ, ਆਪਣੇ ਕੰਮ ਛੱਡੋ ਅਤੇ ਆ ਕੇ ਰਾਜਨੀਤੀ 'ਚ ਲੱਗੋ। ਨਹੀਂ ਗੱਲ ਤਾਂ ਉਹੀ ਹੈ ਨਾ ਕਿ ਅੱਜ ਇਹਨਾਂ ਨੂੰ ਪਤਾ ਕਿ ਵੋਟਰ ਆ ਜਿਹੜਾ ਉਹ ਇਹਨਾਂ ਸਿਆਣਾ ਵੀ ਹੈ ਜੀ। ਵੋਟਰ ਇੱਕ ਵਾਰ ਆ ਜਿਹੜਾ ਉਹ ਇਹਨਾਂ ਦੇ ਵੱਲ ਝੁੱਕ ਜਾਂਦਾ ਵਾ, ਵੋਟਾਂ ਪਾ ਦਿੰਦਾ ਵਾ, ਉਹ ਤੋਂ ਬਾਅਦ ਫਿਰ 5 ਸਾਲ ਪਛਤਾਉਂਦਾ ਰਹਿੰਦਾ ਵਾ ਜੀ। ਸੋ ਉਹ ਬਾਅਦ 'ਚ ਪਛਤਾਉਣ ਦਾ ਕੋਈ ਅਰਥ ਨਹੀਂ ਹੈ। ਸੋ ਇਹ ਜਿਹੜੇ ਹੀਰੋ ਹੀਰੋਇਨ ਨੇ ਜਿਹੜੇ ਸੈਲੀਬ੍ਰਿਟੀਜ਼ ਨੇ ਜਿਹੜੇ ਇਹਨਾਂ ਨੂੰ ਜਦੋਂ ਤੱਕ ਵੋਟਰ ਆ ਜਿਹੜਾ ਪਟਕਾ ਕੇ ਨਹੀਂ ਮਾਰਦਾ। ਨਹੀਂ ਵੋਟਰ ਤਾਂ ਆਪਾਂ ਦੇਖਿਆ ਕਿ ਪਿੱਛੇ ਵਾਲਾ ਇਤਿਹਾਸ ਵੀ ਪੱਟ ਕੇ ਦੇਖ ਲਓ ਹੀਰਾ ਸਾਹਿਬ, ਜਿਹੜਾ ਫਿਲਮੀ ਸਤਾਰਾ ਉੱਥੇ ਉਹ ਕਾਮਯਾਬ ਰਿਹਾ ਜੀ। ਦੇਖੋ ਉਹ ਇਹ ਨਹੀਂ ਹੁੰਦਾ ਕਿ ਪੰਜੇ ਉਂਗਲ ਇੱਕੋ ਜਿਹਾ ਹੋ ਜਾਂਦੀ, ਉਹ ਦੇਖੋ ਵਿਨੋਦ ਖੰਨੇ ਦੀ ਨਹੀਂ, ਉਹਨੇ ਕੰਮ ਚਲੋ ਕੀਤਾ ਸੀ ਉਹਨੇ, ਪਰ ਇੱਕ ਬੈਕਗ੍ਰਾਉਂਡ ਤਾਂ ਫਿਲਮੀ ਉਹਨੇ ਸਿਰਫ ਇਹ ਦੇਖ ਲਿਆ ਕਿ ਇਸ ਇਲਾਕੇ ਦੀ ਸਭ ਤੋਂ ਵੱਡੀ ਲੋੜ ਕੀ ਹੈ। ਉਹ ਪੁਲ ਵਾਲੀ ਜਿਹੜੀ ਸੀਗੀ ਉਹਨੇ ਉਸ ਲੋੜ ਨੂੰ ਪੂਰਾ ਕੀਤਾ। ਸੋ ਉਹਨੇ ਬਾਕੀ ਚਾਹੇ ਉਹ ਆਇਆ ਚਾਹੇ ਨਹੀਂ ਆਇਆ, ਹੋਰ ਉਹਨੇ ਕੰਮ ਕੋਈ ਨਹੀਂ ਕਿਹਾ, ਜਿਹੜੀ ਮੁੱਖ ਲੋੜ ਸੀ ਉਹਨੂੰ ਉਹਨੇ ਪੂਰਾ ਕਰਤਾ। ਸੋ ਇਸ ਕਰਕੇ ਉਹਦੀ ਮਤਲਬ ਬੱਲੇ ਬੱਲੇ ਵੀ ਹੋਊਗੀ, ਲੋਕ ਉਹਨੂੰ ਯਾਦ ਵੀ ਕਰਦੇ ਆ। ਸੋ ਉਹ ਸਿਆਣਪ ਆ ਜਿਹੜੀ ਉਹ ਹਰ ਬੰਦੇ 'ਚ ਨਹੀਂ ਹੁੰਦੀ। ਸੋ ਇਸ ਕਰਕੇ ਹੁਣ ਜਿਹੜੀ ਸਨੀ ਦਿਓਲ ਵਾਲੀ ਗੱਲ ਆ ਕਿ ਅੱਜ ਹੁਣ ਗੁਰਦਾਸਪੁਰ ਆ ਜਿਹੜਾ ਉੱਥੇ ਹੜ੍ਹਾਂ ਦੀ ਵੀ ਮਾਰ ਆ, ਬਾਕੀ ਆ ਜਿਹੜਾ ਉਸ ਇਲਾਕੇ ਦੇ ਵਿੱਚ ਜਿਹੜੀ ਵੱਡੀ ਲੋੜ ਆ, ਕਿਉਂਕਿ ਪਛੜਿਆ ਹੋਇਆ ਇਲਾਕਾ ਵਾ, ਉੱਥੇ ਐਮ ਪੀ ਦੀ ਆ ਜਿਹੜੀ ਉਹ ਮੇਰੇ ਖਿਆਲ ਆ ਵੀ ਬਹੁਤ ਵੱਡੀ ਲੋੜ ਆ। ਐਮ ਪੀ ਜਿਹੜਾ ਇਲਾਕੇ 'ਚ ਵੀ ਕੰਮ ਕਰੇ, ਐਮ ਪੀ ਆ ਜਿਹੜਾ ਉਹ ਦਿੱਲੀ ਸਰਕਾਰ 'ਚ ਵੀ ਕੰਮ ਕਰੇ, ਇਲਾਕੇ ਲਈ ਕੁਛ ਲੈ ਕੇ ਆਵੇ। ਤੂੰ ਮੈਨੂੰ ਬਚਾ ਲਈ ਅਤੇ ਮੈਂ ਤੈਨੂੰ ਬਚਾ ਲੂੰਗਾ, ਹੈ ਬਿਆਨ ਆਪਾਂ ਦੋਨਾਂ ਦੇ ਖਿਲਾਫ ਦੇਈ ਜਾਵਾਂਗੇ। ਬੇਅਦਬੀ ਦਾ ਮੁੱਦਾ ਉੱਥੇ ਹੀ ਖੜਾ ਜੀ, ਅਤੇ ਜਿਹੜੇ ਲੋਕ ਨੇ ਉਹ ਜਾਂਚਾਂ 'ਚ ਰਜਾ ਲਿਆ।
ਦੇਖੋ ਇਹ ਤਾਂ ਆਪਾਂ ਸ਼ੁਰੂ ਤੋਂ ਜਦੋਂ ਤੋਂ ਮਤਲਬ ਇਹ ਮਸਲਾ ਸਾਹਮਣੇ ਆਇਆ, ਉਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਾਹਮਣੇ ਆਈ ਅਤੇ ਜੋ ਕੁਛ ਉਹ ਸਰਕਾਰ ਨੇ ਕਰਨਾ ਸ਼ੁਰੂ ਕੀਤਾ, ਉਹਨੂੰ ਦੇਖ ਕੇ ਆਪਾਂ ਪਹਿਰੇਦਾਰ ਟੀ ਵੀ 'ਤੇ ਹਮੇਸ਼ਾ ਇੱਕ ਗੱਲ ਆ ਜਿਹੜੀ ਉਹ ਸਾਂਝੀ ਕੀਤੀ ਆ ਕਿ ਬਾਦਲ ਕੇ ਉਸ ਤੋਂ ਪਹਿਲਾਂ ਸੌਦਾ ਸਾਧ, ਨੰਬਰ 2 'ਤੇ ਬਾਦਲ ਕੇ ਅਤੇ ਹੁਣ ਨੰਬਰ 3 'ਤੇ ਕੈਪਟਨ ਕੀ, ਇਹ ਤਿੰਨੇ ਆ ਜਿਹੜੇ ਇਹ ਇੱਕ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ ਕਿ ਇੱਕੋ ਹੀ ਜਿਹੜੀ ਹੈਗੀ ਆ ਉਹ ਲੜੀ ਦੇ ਪਰੋਏ ਹੋਏ ਨੇ, ਇਹਨਾਂ ਦੀ ਆੜ ਸਾੜ ਗਾਂਢ ਆ ਜਿਹੜੀ ਉਹ ਹੋਈ ਹੋਈ ਹੈ ਇੱਕ ਦੂਜੇ ਨੂੰ ਬਚਾਉਣ ਦੀ, ਇੱਕ ਦੂਜੇ ਨਾਲ ਰਲ ਮਿਲ ਕੇ ਚੱਲਣ ਦੀ, ਇੱਕ ਦੂਜੇ ਨਾਲ ਖੇਡਣ ਦੀ। ਸੋ ਜੇ ਮਤਲਬ ਪਹਿਲੀ ਗੱਲ ਤਾਂ ਬਾਦਲ ਕੇ ਆ ਜਿਹੜੇ ਜੇ ਉਹ ਬੇਈਮਾਨ ਨਾ ਹੁੰਦੇ ਅਤੇ ਬੇਅਦਬੀ ਕਾਂਡ ਦੇ ਦੋਸ਼ੀ ਆ ਜਿਹੜੇ ਉਹ ਪਹਿਲੇ ਸਮੇਂ 'ਚ ਹੀ ਫੜੇ ਜਾਂਦੇ, 2015 'ਚ ਹੀ ਫੜੇ ਜਾਂਦੇ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਸਾਰਾ ਕੁਛ ਸਾਹਮਣੇ ਸੀ, ਸਾਰਾ ਕੁਛ ਚਾਨਣ ਸੀ, ਕੋਈ ਲੁਕੀ ਛਿਪੀ ਗੱਲ ਹੀ ਨਹੀਂ ਸੀਗੀ ਕਿ ਕੌਣ ਉਹਦੇ ਦੋਸ਼ੀ ਨੇ, ਕਿਹਨਾਂ ਨੇ ਉਹ ਕੁਛ ਕੀਤਾ ਵਾ, ਸਾਰਾ ਇਲਾਕੇ ਦੇ ਲੋਕਾਂ ਨੂੰ ਪਤਾ ਸੀ, ਸਭ ਨੂੰ ਪਤਾ ਸੀਗਾ, ਸਰਕਾਰ ਤੱਕ ਨੂੰ ਵੀ ਪਤਾ ਸੀ, ਸਰਕਾਰ ਆ ਜਿਹੜੀ ਉਹ ਇੰਨੀ ਸਰਕਾਰ ਦੇ ਸਰੋਤ ਨੇ ਜਿਹੜੇ ਉਹ ਵੱਡੇ ਹੁੰਦੇ ਨੇ। ਸੋ ਉਸ ਵੇਲੇ ਬਾਦਲ ਕਹਿੰਦੇ ਉਹਨਾਂ ਨੂੰ ਸੌਦਾ ਸਾਧ ਨੂੰ ਸਰਪ੍ਰਸਤੀ ਦਿੱਤੀ, ਪੂਰੀ ਤਰ੍ਹਾਂ ਸਰਪ੍ਰਸਤੀ ਦਿੱਤੀ, ਉਲਟਾ ਮਤਲਬ ਸਿੰਘਾਂ 'ਤੇ ਗੋਲੀ ਚਲਾਈ, ਸਿੰਘ ਸ਼ਹੀਦ ਕੀਤੇ। ਸੋ ਇਹ ਸਾਰਾ ਕੁਛ ਵਾਪਰਿਆ, ਪੰਜਾਬ ਦੇ ਪਿੰਡੇ 'ਤੇ ਹੰਡਾਇਆ ਕਿ ਬਾਦਲ ਕਿਆਂ ਦੀ ਸਰਪ੍ਰਸਤੀ, ਸੌਦਾ ਸਾਧ ਨੇ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਕੀਤੀ, ਉਹਨੇ ਜਿਹੜਾ ਸੌਦਾ ਸਾਧ ਨੇ ਮਤਲਬ ਉਸ ਗੱਲ ਦਾ ਕਿ ਸਿੱਖ ਸੰਗਤਾਂ ਨੇ ਪਹਿਲਾਂ ਤਾਂ ਜਿਹੜੀ ਉਹਨੂੰ ਮਾਫ਼ੀ ਮਿਲੀ ਉਹਦਾ ਵਿਰੋਧ ਕੀਤਾ, ਡਟ ਕੇ ਮਾਫ਼ੀ ਵਾਪਸ ਲੈਣੀ ਪਈ, ਦੂਜਾ ਉਹਦੀ ਫਿਲਮ ਦਾ ਡਟ ਕੇ ਵਿਰੋਧ ਕੀਤਾ, ਉਹਨੂੰ ਲੱਗਦਾ ਸੀ ਕਿ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਆ, ਸੌਦਾ ਸਾਧ ਮਤਲਬ ਇਸ ਗੱਲ 'ਤੇ ਆ ਗਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਆ, ਉਦੋਂ ਤੱਕ ਇਹਨਾਂ ਨੇ ਸਿੱਧੇ ਨਹੀਂ ਹੋਣਾ। ਸੋ ਉਹਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਕਰਨੀ ਹੈ ਜਿਹੜੀ ਉਹ ਸ਼ੁਰੂ ਕੀਤੀ, ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ। ਸੋ ਬਾਦਲ ਕਹਿੰਦੇ ਉਹਨੂੰ ਸਰਪ੍ਰਸਤੀ ਦਿੱਤੀ ਵੀ ਕੋਈ ਗੱਲ ਨਹੀਂ, ਤੂੰ ਜੋ ਮਰਜ਼ੀ ਕਰਦਾ ਰਹਿ, ਤੈਨੂੰ ਹਰ ਗੱਲ ਦੀ ਆਜ਼ਾਦੀ ਆ, ਤੈਨੂੰ ਹਰ ਗੱਲ ਦੀ ਸਰਪ੍ਰਸਤੀ ਮਿਲੂਗੀ, ਉਹਦੀਆਂ ਵੋਟਾਂ ਦੇ ਲਈ ਬਾਦਲ ਕੇ ਉਹਦੇ ਥੱਲੇ ਲੱਗ ਕੇ ਚੱਲੇ। ਹੁਣ ਤੀਜੀ ਥਾਂ 'ਤੇ ਆ ਗਿਆ ਕੈਪਟਨ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਨੂੰ, ਕਿਉਂਕਿ ਹੁਣ ਦੇਖੋ ਤੁਸੀਂ ਇੱਕ ਸੈੱਟ ਆ ਜਿਹੜੀ ਰਣਵੀਰ ਖੱਟੜੇ ਵਾਲੀ, ਉਹੀ ਸੈੱਟ ਆ ਜਿਹੜੀ ਉਹਨੇ ਬਾਦਲ ਕਾਇਆ ਦੇ ਰਾਜ 'ਚ ਕੰਮ ਕੀਤਾ, ਉਸੇ ਸੈੱਟ ਨੂੰ ਕੈਪਟਨ ਅਮਰਿੰਦਰ ਦੇ ਰਾਜ 'ਚ ਕੰਮ ਕਰਨ ਦਾ ਮੌਕਾ, ਕੀ ਅਰਥ ਨੇ ਇਹਨਾਂ ਗੱਲਾਂ ਦੇ? ਸੋ ਉਹ ਸਾਰਾ ਕੁਛ ਜਿਹੜਾ ਸਾਹਮਣੇ ਆਉਣ ਦੇ ਬਾਵਜੂਦ ਅੱਜ ਨਿੱਕੀ ਨਿੱਕੀ ਗੱਲ ਸਾਫ਼ ਆ ਕਿ ਹੋਇਆ ਕੀ ਆ, ਪੂਰਨ ਰੂਪ ਦੇ ਵਿੱਚ ਜਿਹੜੀ ਜੇ ਆਪਾਂ ਫਿਲਮ ਬਣਾਉਣੀ ਹੈ ਤਾਂ ਬਣ ਸਕਦੀ ਆ ਕਿ ਕਿੱਥੋਂ ਕੀ ਕੁਛ ਹੋਇਆ, ਕਿਵੇਂ 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 ਸਟੈਪ ਦਰ ਸਟੈਪ ਅੱਗੇ ਗੱਲ ਚੱਲ, ਲੋਕਾਂ ਦੀ ਉਮੀਦ ਟੁੱਟ ਗਈ ਹੈ ਜੀ। ਤਾਂ ਉਹੀ ਮੈਂ ਗੱਲ ਕਰਦਾ ਨਾ ਕਿ ਹੁਣ ਜਦੋਂ ਸਾਰਾ ਕੁਝ ਤੁਹਾਡੇ ਸਾਹਮਣੇ ਆ, ਉਹਦੇ ਬਾਵਜੂਦ ਤੁਸੀਂ ਕਹਿੰਦੇ ਜੀ ਦੋਸ਼ੀ ਆ ਜਿਹੜੀ ਜਾਂਚ ਚੱਲ ਰਹੀ ਆ, ਨਹੀਂ ਇਹ ਕੈਪਟਨ ਹੋਣੀ ਅਤੇ ਬਾਜਵੇ ਹੋਣੀ ਸਟੇਜਾਂ 'ਤੇ ਕਹਿੰਦੇ ਸੀ ਵੀ ਅਸੀਂ ਤਾਂ ਇਹਨਾਂ ਦੇ ਰੱਸੇ ਗਲਾਂ 'ਚ ਪਾ ਲੈਣੇ ਆ ਅਤੇ ਫਿਰ ਤੁਹਾਡੇ ਸਾਹਮਣੇ ਘੜੀਸਾਂਗੇ, ਅਤੇ ਮਗਰੋਂ ਜਕਾਰਾ ਛੱਡ ਦਿੰਦੇ ਆ। ਦੇਖੋ ਗੱਲ ਤਾਂ ਇਹ ਹੈ, ਗੱਲ ਤਾਂ ਉਹੀ ਉੱਥੇ ਆ ਜਾਂਦੀ ਹੈ ਕਿ ਜਿਹੜਾ ਬੰਦਾ ਪਵਿੱਤਰ ਪਾਵਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸਹੁੰ ਖਾਧੀ ਗਈ ਹੈ ਜਿਹੜੀ, ਉਹਦੇ ਤੋਂ ਮੁੱਕਰ ਗਿਆ, ਉਹਦੇ ਤੋਂ ਭੱਜ ਗਿਆ, ਅਤੇ ਸਟੇਜਾਂ 'ਤੇ ਆਮ ਲੋਕਾਂ ਦੇ ਸਾਹਮਣੇ ਗੱਲ ਕਰਨ ਦਾ ਤਾਂ ਕੋਈ ਅਰਥ ਹੀ ਨਹੀਂ ਹੈ, ਬਹੁਤ ਰਹਿ ਹੀ ਨਹੀਂ ਜਾਂਦਾ। ਨਹੀਂ ਸਟੇਜ 'ਤੇ ਮੈਂ ਲੋਕਾਂ ਨੂੰ ਆਹ ਗੱਲ ਕੀਤੀ ਆ, ਉਹਦਾ ਕੀ ਅਰਥ ਹੈ? ਵਿਧਾਨ ਸਭਾ 'ਚ ਇਹਨਾਂ ਨੇ ਕੀ ਕੀਤਾ? ਵਿਧਾਨ ਸਭਾ 'ਚ ਜੋ ਕੁਛ ਮਤਲਬ ਇਹ ਕਾਂਗਰਸ ਦੇ ਮੰਤਰੀਆਂ ਨੇ ਕਿਹਾ ਬਾਦਲ ਕਿਆਂ ਬਾਰੇ, ਅੱਜ ਮਤਲਬ ਉਹ ਸੁਣ ਕੇ ਇਹਨਾਂ ਨੂੰ ਆਪ ਹੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਮੈਂ ਕਹਿੰਦਾ ਜੇ ਕਿਤੇ ਇਹ ਬਿਆਨ ਸੁਣਨ ਆਪਦੇ ਪੁਰਾਣੇ ਨੂੰ ਸ਼ਰਮ ਨਹੀਂ ਆਉਂਦੀ, ਉਹੀ ਗੱਲ ਕਰਦਾ ਨਾ ਵੀ ਉਹ ਇਹਨਾਂ ਨੂੰ ਉਹ ਆਪਦੇ ਬਿਆਨ ਹੈ ਜੋ ਕੁਛ ਇਹਨਾਂ ਨੇ ਵਿਧਾਨ ਸਭਾ 'ਚ ਕੀਤਾ ਉਹਨੂੰ ਯਾਦ ਕਰਕੇ ਜਾਂ ਉਹਨੂੰ ਸੁਣ ਕੇ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਦੇ ਨਾਲ। ਵੋਟਾਂ ਵੇਲੇ ਕਈਆਂ ਨੇ ਤਾਂ ਲੀਡਰਾਂ ਨੇ ਇਹ ਵੀ ਕਹਿਤਾ ਵੀ ਜੇ ਨਾ ਅੰਦਰ ਗਏ ਤਾਂ ਅਸੀਂ ਅਸਤੀਫੇ ਦੇ ਦਾਂਗੇ। ਬਹੁਤ ਕੁਛ ਕਿਹਾ, ਇੱਕ ਕੁਛ ਨਹੀਂ ਬਹੁਤ ਕੁਛ ਕਿਹਾ ਇਹਨਾਂ ਨੇ, ਅੱਜ ਵੀ ਮਤਲਬ ਉਸ ਗੱਲ ਨੂੰ ਵਾਰ ਵਾਰ ਦੁਹਰਾਈ ਜਾਂਦੇ ਨੇ, ਕੋਈ ਅਰਥ ਨਹੀਂ
ਜਿਸ ਗੱਲ ਦਾ। ਸੋ ਜਿਹੜੀ ਇਹਨਾਂ ਨੇ ਸੈੱਟ ਬਣਾਈ ਆ ਸਰਕਾਰ ਨੇ, ਉਹ ਸੈੱਟ ਆ ਜਿਹੜੀ ਉਹ ਉਹਦੇ ਵਿੱਚ ਫੁੱਟ ਪਈ ਹੋਈ ਆ, ਉਹ ਇੱਕ ਦੂਜੇ ਦੇ ਵਿਰੁੱਧ ਬਿਆਨ ਦੇਈ ਜਾਂਦੇ ਨੇ। ਮਤਲਬ ਸਰਕਾਰ ਫਿਰ ਕਿੱਥੇ ਆ ਜੇ ਸਰਕਾਰ ਦੇ ਮੁਲਾਜ਼ਮ ਆ ਜਿਹੜੇ ਉਹ ਸਰਕਾਰ ਤੋਂ ਬਾਹਰੇ ਹੋ ਕੇ ਬਿਆਨ ਦੇ ਰਹੇ, ਤੇ ਸਰਕਾਰ ਕਿੱਥੇ ਆ? ਬਿਲਕੁਲ। ਸੋ ਉਹ ਹਿਸਾਬ ਜਾ ਰਿਹਾ ਇਸ ਗੱਲ ਦਾ ਕਿ ਸਰਕਾਰ ਆ ਜਿਹੜੀ ਉਹ ਜਾਣ ਬੁੱਝ ਕੇ ਜਿਹੜਾ ਅਸਲੀਅਤ ਆ ਜਿਹੜਾ ਸੱਚ ਆ ਉਹਨੂੰ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੀ, ਬੇਅਦਬੀ ਕਾਂਡ ਦਾ ਜੋ ਸੱਚ ਆ ਉਹਨੂੰ ਨੰਗਾ ਨਹੀਂ ਕਰਨਾ ਚਾਹੁੰਦੀ, ਉਹ ਸਾਡੇ ਸਾਹਮਣੇ ਆ। CBI ਆ ਜਿਹੜੀ ਉਹ ਕਿਹੜੀ ਖੇਡ ਖੇਡ ਰਹੀ ਆ, ਕਦੇ ਤਾਂ ਕਲੋਜਰ ਰਿਪੋਰਟ ਦੇ ਦਿੰਦੀ ਆ, ਕਦੇ ਕਹਿ ਦਿੰਦੀ ਆ ਜੀ ਨਹੀਂ ਜੀ ਇਹਦੇ 'ਚ ਤਾਂ ਵਿਦੇਸ਼ੀ ਹੱਥ ਆ ਜਿਹੜਾ, ਪਾਕਿਸਤਾਨੀ ਸਹਿਮ ਆ ਗਏ ਹੁਣ ਦੋ ਉਹ ਹੁਣ ਮਤਲਬ ਉਹਦਾ ਵੈਸੇ ਵਿਦੇਸ਼ੀ ਹੱਥ ਆ ਜੀ ਇਹਦੇ 'ਚ, ਇਸ ਲਈ ਇਹਦੀ ਤਾਂ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ, ਬੜਾ ਗੰਭੀਰ ਮਸਲਾ। ਸੋ ਇਹ ਸਾਰਾ ਕੁਛ ਆ, ਇੱਕ ਤਾਂ ਕੌਮ ਨੂੰ ਬੇਵਕੂਫ ਬਣਾਇਆ ਜਾ ਰਿਹਾ ਵਾ, ਦੂਜੇ ਨੰਬਰ ਤੇ ਇਹ ਆ ਕਿ ਕੌਮ ਨੂੰ ਨਾ ਰਲੀ ਮਿਲੀ ਖੇਡ ਆ ਜੀ, ਨਾ ਅੱਜ ਤੱਕ ਇਨਸਾਫ ਮਿਲਿਆ ਜੀ, ਵੱਡੀ ਗੱਲ ਤਾਂ ਇਹ ਆ। ਹਾਂ, ਤੁਸੀਂ ਜਦੋਂ ਤੋਂ ਆਜ਼ਾਦੀ ਮਿਲੀ ਆ ਉਦੋਂ ਤੋਂ ਲੈ ਕੇ ਅੱਜ ਤੱਕ ਆ ਜਿਹੜੇ 70 ਸਾਲ ਤੋਂ ਵੱਧ ਦਾ ਸਮਾਂ ਲੰਘ ਗਿਆ 72 ਸਾਲ ਦਾ, ਅੱਜ ਤੱਕ ਕਿਸੇ ਇੱਕ ਵੀ ਤੁਸੀਂ ਜਿਹੜੀ ਸਿੱਖ ਵਿਰੋਧੀ ਕਾਰਵਾਈ ਹੋਈ ਆ, ਇੱਕ ਵੀ ਜਿਹੜੀ ਕਾਰਵਾਈ ਦਾ ਇਨਸਾਫ ਆ ਉਹ ਸਿੱਖਾਂ ਨੂੰ ਨਹੀਂ ਮਿਲਿਆ। ਬਿਲਕੁਲ। ਸੋ ਹੁਣ ਵੀ ਆ ਜਿਹੜਾ ਇਹ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਅੱਗੇ ਤਾਂ ਸਿੱਖ ਲਈ ਵੈਸੇ ਤਾਂ ਉਜਾੜ ਆ ਜੀ, ਜੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਵੀ ਸਿੱਖ ਕੌਮ ਨੂੰ ਨਹੀਂ ਮਿਲਦਾ ਤਾਂ ਇਹਨਾਂ ਨੂੰ ਲੱਗਦਾ ਕਿ ਆਖਿਰ ਨੂੰ ਸਿੱਖ ਨੇ ਜਿਹੜੇ ਉਹ ਇੰਨੇ ਨਿਰਾਸ਼ ਹੋ ਜਾਣਗੇ, ਇੰਨੇ ਨਿਰਾਸ਼ ਹੋ ਜਾਣਗੇ ਕਿ ਗੁਰੂ ਸਾਹਿਬ ਵੱਲੋਂ ਵੀ ਉਹਨਾਂ ਦੀ ਜਿਹੜੀ ਸ਼ਰਧਾ ਸਤਿਕਾਰ ਆ ਉਹ ਟੁੱਟ ਜੂਗਾ। ਇਹ ਸਰਕਾਰਾਂ ਚਾਹੁੰਦੀਆਂ ਨੇ। ਅੱਜ ਦਾ ਦਿਹਾੜਾ ਵੀ ਸਾਨੂੰ ਇਹੀ ਸੁਨੇਹਾ ਦਿੰਦਾ ਕਿ ਜਦੋਂ ਤੱਕ ਸਿੱਖ ਦਾ ਤੇ ਗੁਰੂ ਦਾ ਆਪਸੀ ਰਿਸ਼ਤਾ ਬਰਕਰਾਰ ਆ, ਬਿਲਕੁਲ ਜੀ, ਉਦੋਂ ਤੱਕ ਨਹੀਂ, ਉਦੋਂ ਤੱਕ ਉਹਦੀ ਬਾਬਲ ਕੋਈ ਨਹੀਂ ਦੇ ਸਕਦਾ। ਜਦੋਂ ਇਹ ਰਿਸ਼ਤਾ ਟੁੱਟ ਗਿਆ ਤੇ ਫਿਰ ਸਿੱਖ ਆ ਜਿਹੜਾ ਕਿਤੇ ਲੁੱਟਣਾ। ਸੋ ਇਹ ਇਸ ਗੱਲ ਨੂੰ ਅਸੀਂ ਅੱਜ ਮੰਨ ਲਈਏ, ਕੱਲ੍ਹ ਮੰਨ ਲਈਏ, ਪਰਸੋਂ ਮੰਨ ਲਈਏ ਜੀ, ਕਦੇ ਨਾਨਕ ਸ਼ਾਹ ਫਕੀਰ ਤੇ ਕਦੇ ਇਸ਼ਕ ਮਾਈ ਰਿਲੀਜ਼ਨ, ਹੁਣ ਪੋਸਟਰ ਦੇ ਉੱਤੇ ਹੁਣ ਮਾਫੀਆਂ ਮੰਗੀ ਜਾ ਰਹੇ ਆ ਬਈ, ਜੇ ਗਲਤ ਆ ਜੇ ਧਾਰਮਿਕ ਭਾਵਨਾਵਾਂ ਨੂੰ ਆਹਤ ਹੋਇਆ ਤੇ ਅਸੀਂ ਫਿਰ ਮਾਫੀ ਮੰਗਦੇ ਆ। ਪੋਸਟਰ ਪਿਛੇ ਗੱਲ ਕੀਤੀ ਆ ਕਿ ਦੇਖੋ ਇਹ ਕੌਮ ਨੂੰ ਲਾਏ ਜਾਂਦੇ ਟੀਕੇ ਨੇ ਜੀ, ਕੋਈ ਇਹ ਨਹੀਂ ਕਿ ਅਣਜਾਣ ਟੂਣੇ 'ਚ ਹੁੰਦਾ, ਨਹੀਂ, ਇਹਦੇ 'ਚ ਸਿੱਖਾਂ ਦਾ ਖੰਡਾ ਤੇ ਥੱਲੇ ਜਿਹੜੇ ਮੁਸਲਿਮ ਭਾਈਚਾਰੇ ਦਾ ਦਰਬਾਰ ਸਾਹਿਬ ਦੀ ਫੋਟੋ ਲੱਭਦੀ ਹੈ ਜਾਂ ਹੋਰ ਸਾਰਾ ਕੁਛ ਜਿਹੜਾ ਉਹ ਮਤਲਬ ਟਾਇਲਟ ਵਗੈਰਾ ਤੇ ਵੀ ਛਾਪਦੇ ਨੇ। ਸੋ ਇਹ ਸਾਰਾ ਕੁਛ ਆ ਜਿਹੜਾ ਇਹ ਸਿੱਖ ਧਰਮ ਦੇ ਨਾਲ ਹੀ ਕਿਉਂ ਵਾਪਰਦਾ, ਕੌਮ ਨੂੰ ਲਾਏ ਜਾਣ ਵਾਲੇ ਟੀਕੇ ਨੇ। ਦੂਜੀ ਗੱਲ ਇਹ ਆ ਕਿ ਜਿਹੜੀ ਸਾਡੀ ਕੌਮ ਆ ਇਹਦੇ ਵਿੱਚ ਪਤਾ ਨਹੀਂ ਅਣਖ ਗੈਰਤ ਆ ਜਿਹੜੀ ਜਾਂ ਜਿਹੜੀ ਸਾਡੀ ਦੂਰ ਦ੍ਰਿਸ਼ਟੀ ਆ ਸੋਚ ਆ ਜਿਹੜੀ ਉਹ ਮਰ ਚੁੱਕੀ ਆ। ਸੋ ਜੇ ਇੱਕ ਕੰਪਨੀ ਨੇ ਇਹ ਕੁਛ ਕੀਤਾ ਵਾ ਸਾਡੇ ਕਕਾਰਾਂ ਦਾ ਜਾਂ ਸਾਡੇ ਕਿਸੇ ਧਰਮ ਦੇ ਨਾਲ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਜਦੋਂ ਤੱਕ ਅਸੀਂ ਉਸ ਕੰਪਨੀ ਨੂੰ ਸਖ਼ਤ ਸਜ਼ਾ ਨਹੀਂ ਦਵਾ ਲੈਂਦੇ। ਮੈਂ ਗੱਲ ਕੀਤੀ ਸੀ ਕਿ ਜਿਹੜੀਆਂ ਇਹ ਕੰਪਨੀਆਂ ਨੇ ਜਿਹੜੀਆਂ ਸੌਦਾ ਵੇਚਣ ਵਾਲੀਆਂ ਕੰਪਨੀਆਂ ਨੇ, ਉਹਨਾਂ ਲਈ ਸਭ ਤੋਂ ਵੱਡੀ ਸਜ਼ਾ ਕਿ ਕੌਮ ਵੱਲੋਂ ਐਲਾਨ ਕੀਤਾ ਜਾਵੇ ਕਿ ਅਸੀਂ ਇਸ ਕੰਪਨੀ ਦਾ ਅੱਜ ਤੋਂ ਬਾਅਦ ਮਾਲ ਹੀ ਨਹੀਂ ਖਰੀਦਾਂਗੇ ਜੀ, ਕੋਈ ਸਿੱਖ ਇਸ ਕੰਪਨੀ ਦਾ ਮਾਲ ਨਹੀਂ ਖਰੀਦੂਗਾ, ਇਸ ਤੋਂ ਵੱਡੀ ਸਜ਼ਾ ਉਹਦੇ ਲਈ ਹੋਰ ਕੋਈ ਨਹੀਂ। ਇਹ ਜਦੋਂ ਮਾਮਲਾ ਸਾਹਮਣੇ ਐਮਾਜ਼ਾਨ ਦਾ ਮਾਮਲਾ ਸਾਹਮਣੇ ਆਇਆ ਸੀ, ਉਦੋਂ ਸ਼੍ਰੋਮਣੀ ਕਮੇਟੀ ਨੇ ਅਖੇ ਇਹ ਵੀ ਕਿਹਾ ਸੀ ਵੀ ਅਸੀਂ ਇਹਨਾਂ 'ਤੇ ਕਾਰਵਾਈ ਕਰਾਂਗੇ, ਸਾਰਾ ਕੁਛ ਕਰਾਂਗੇ, ਪਰ ਉਦੋਂ ਬਾਅਦ ਵੀ ਤਾਂ ਕਿੰਨੇ ਮਾਮਲੇ ਸਾਹਮਣੇ ਆ ਗਿਆ ਕੋਈ ਸਿੱਖਾਂ ਦੀ ਡੱਬੀ ਦੇ ਵੀ। ਹੁੰਦਾ ਕੀ ਆ ਕਿ ਅਸੀਂ ਅਗਲਾ ਮਾਫੀ ਮੰਗ ਲੈ ਤਾਂ ਅਸੀਂ ਚੁੱਪ ਹੋ ਜਾਂਦੇ ਹਾਂ, ਨਹੀਂ ਮਾਫੀ ਮੰਗਣ ਮਾਫੀ ਦੇਣ 'ਚ ਤਾਂ ਸ਼੍ਰੋਮਣੀ ਕਮੇਟੀ ਮੂਹਰੇ ਆ ਜੀ, ਮਾਫੀ ਵੀ ਨਹੀਂ ਦਿੱਤੀ ਜਾਂਦੀ, ਸਭ ਚੁੱਪ ਹੋ ਜਾਂਦੇ ਹਾਂ। ਹਾਂ,
ਕਿ ਅਗਲੇ ਨੇ ਮਾਫ਼ੀ ਮੰਗ ਲਈ ਜੀ, ਉਹ ਖ਼ਬਰ ਲੱਗ ਜਾਂਦੀ ਹੈ ਵੀ ਉਹਨੇ ਮਾਫ਼ੀ ਮੰਗ ਲਈ ਜੀ, ਅਸੀਂ ਸਾਰੇ ਚੁੱਪ ਹੋ ਜਾਂਦੇ ਹਾਂ, ਠੀਕ ਹੈ ਮਸਲਾ ਖਤਮ ਹੋ ਗਿਆ। ਸੋ ਜਦੋਂ ਤੱਕ ਅਗਲਿਆਂ ਨੂੰ ਸੇਕ ਨਹੀਂ ਪਹੁੰਚਦਾ, ਇੱਕ ਕੰਪਨੀ ਹੈ ਜਿਹੜੀ ਉਹਨੇ ਗਲਤੀ ਕੀਤੀ ਹੈ, ਉਹਨੂੰ ਸੇਕ ਨਹੀਂ ਲੱਗਦਾ, ਫਿਰ ਦੂਜਿਆਂ ਨੂੰ ਨਸੀਹਤ ਹੈ ਜਾਂ ਦੂਜਿਆਂ ਨੂੰ ਸਬਕ ਆ, ਉਹ ਕਿਵੇਂ ਆਊਗਾ ਵੀ ਉਹਨੇ ਆਹ ਕੁਛ ਕੀਤਾ ਸੀ ਅਤੇ ਉਹਦੇ ਨਾਲ ਆਹ ਕੁਛ ਵਾਪਰਿਆ ਜੀ। ਸੋ ਇਹ ਸਾਰਾ ਕੁਛ ਹੈ ਇਹਦੇ 'ਚ ਕੌਮ ਦੀ, ਮੈਂ ਸਮਝਿਆ ਜਾਂ ਤਾਂ ਵਿਸਲਾਪਣ ਸਮਝ ਲਓ, ਜਾਂ ਅਸੀਂ ਇਹ ਇਹ ਆ ਕਿ ਅਸੀਂ ਜਿਹੜੇ ਟੀਵੀ ਆ ਉਹਨਾਂ ਦੇ ਆਦੀ ਹੋ ਗਏ ਹਾਂ, ਸਾਨੂੰ ਕੋਈ ਬਹੁਤ ਅਸਰ ਨਹੀਂ ਹੁੰਦਾ। ਸੋ ਇਹ ਸਾਨੂੰ ਆਪਣੇ ਆਪ ਆਪਦੇ ਆਪ ਨਾਲ ਜਿਹੜਾ ਵਿਚਾਰਨਾ ਪਊਗਾ, ਸੋਚਣਾ ਪਊਗਾ ਕਿ ਆਖਰ ਨੂੰ ਇਹ ਅਸੀਂ ਇੱਥੇ ਆ ਕੇ ਕਿਵੇਂ ਖੜ ਗਏ ਹਾਂ, ਕਿਸੇ ਦੀ ਮਤਲਬ ਜ਼ਰੂਰਤ ਕਿਵੇਂ ਪੈ ਗਈ ਹੈ ਕਿ ਉਹ ਸਾਡੇ ਕਕਾਰਾਂ ਨਾਲ ਜਾਂ ਸਾਡੀ ਗੁਰਬਾਣੀ ਨਾਲ ਜਾਂ ਸਾਡੇ ਗੁਰ ਇਤਿਹਾਸ ਨਾਲ ਆ ਜਿਹੜਾ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਆ ਉਹ ਕਿਵੇਂ ਕਰ ਲੈਂਦਾ ਜੀ। ਸੋ ਦੁਨੀਆਂ ਦੀ ਜਿਹੜੀ ਸਭ ਤੋਂ ਮੰਨੀ ਜਾਂਦੀ ਮਾਰਸ਼ਲ ਕੌਮ ਸੀ, ਜੇ ਕਿਸੇ ਕੌਮ ਨੂੰ ਮਾਰਸ਼ਲ ਕੌਮ ਦਾ ਖਿਤਾਬ ਮਿਲਿਆ ਤਾਂ ਉਹ ਸਿੱਖ ਆ ਬਿਲਕੁਲ, ਪਰੰਤੂ ਅੱਜ ਜਿਹੜਾ ਉਹ ਸਾਡੇ ਨਾਲ ਆ ਜਿਹੜਾ ਉਹ ਜਿਹੜਾ ਕੋਈ ਸਲੂਕ ਗਿੱਦੜਾਂ ਨਾਲ ਹੁੰਦਾ ਉਹ ਹੋਣ ਲੱਗ ਪਿਆ, ਉਹਦੀ ਅਕਸਰ ਨੂੰ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹੈਗੇ ਜੀ। ਠੀਕ ਜੀ, ਬ੍ਰਹਮਪੁਰਾ ਸਾਹਿਬ ਢਿੱਲੇ ਆ, PGI ਦਾਖਲਾ, ਖਬਰਾਂ ਲੱਗ ਗਈਆਂ ਅਤੇ ਹੁਣ ਖਬਰਾਂ ਦਾ ਖੰਡਨ ਕਰਤਾ ਵੀ ਉਹ ਤਾਂ ਰੈਗੂਲਰ ਚੈੱਕਅਪ 'ਤੇ ਗਏ ਆ, ਵਿੱਚੋਂ ਲੋਕ ਹੁਣ ਇਹ ਵੀ ਕਹਿਣ ਲੱਗ ਗਏ ਵੀ ਕੋਈ ਵਿੱਚੋਂ ਕੋਈ ਨਾ ਕੋਈ ਗੱਲਬਾਤ ਆ। ਦੇਖੋ ਗੱਲ ਤਾਂ ਇਹ ਆ ਕਿ ਚਲੋ ਹੁਣ ਜਿਹੜਾ ਟਕਸਾਲੀ ਅਕਾਲੀ ਦਲ ਸੀ ਉਹ ਹੋਂਦ 'ਚ ਆਇਆ ਅਤੇ ਉਹ ਤੋਂ ਬਾਅਦ ਸਮਝ ਲਓ ਕਿ ਉਹਦਾ ਭੋਗ ਵੀ ਪੈ ਗਿਆ, ਠੀਕ ਆ ਚਲੋ ਭੋਗ ਤਾਂ ਪਹਿਲਾਂ ਹੀ ਪੈ ਗਿਆ। ਸੋ ਹੁਣ ਉਹਨਾਂ ਦੀ ਜਿਹੜੀ ਸਟ੍ਰੈਟਜੀ ਆ ਆਉਣ ਵਾਲੇ ਸਮੇਂ ਦੀ ਜਿਹੜੀ ਸਟ੍ਰੈਟਜੀ ਆ ਉਹ ਉਹਨਾਂ ਨੇ ਕੀ ਘੜੀ ਆ, ਕਿੱਧਰ ਨੂੰ ਉਹਨਾਂ ਨੇ ਜਾਣਾ ਵਾ, ਕਿਹੜਾ ਰਾਹ ਜਿਹੜਾ ਉਹਨਾਂ ਨੇ ਫੜਨਾ ਵਾ, ਭਾਵੇਂ ਕਿ ਆਪਾਂ ਨੂੰ ਪਤਾ ਉਸ ਗੱਲ ਦਾ ਕਿ ਆਖਰ ਨੂੰ ਜਿਹੜਾ 2022 ਲਈ ਭਾਜਪਾ ਤਿਆਰੀ ਕਰ ਰਹੀ ਆ ਕਿ ਪੰਜਾਬ ਦੇ ਜਿਹੜੀ ਸਰਕਾਰ ਆ ਉਹ ਭਾਜਪਾ ਦੀ ਬਣਾਉਣੀ ਆ, ਤੋ ਇਹ ਸਾਰੇ ਜਿਹੜੇ ਮਤਲਬ ਜਿਹੜੇ ਬਾਦਲਾਂ ਤੋਂ ਥਿੜਕ ਕੇ ਬਾਹਰ ਆਏ ਹੋਏ ਲੀਡਰ ਨੇ ਉਹ ਅਤੇ ਜਿਹੜੇ ਹੋਰ ਜਿਹੜੇ ਉਹ ਵੀ ਸਾਰੇ ਤਕਰੀਬਨ ਬਾਦਲਾਂ 'ਚੋਂ ਥਿੜਕੇ ਆਏ ਹੋਏ, ਦੋ ਚਾਰ ਕਾਂਗਰਸ ਵਾਲੇ ਵੀ ਆ, ਸੋ ਦੋ ਚਾਰ ਆਪ ਵਾਲੇ ਵੀ ਆ, ਉਹ ਸਾਰਿਆਂ ਦਾ ਮਹਿਬੂਬਾ ਕਰਕੇ ਆ ਜਿਹੜਾ ਇੱਕ ਭਾਜਪਾ ਦਾ ਇੱਕ ਆਪਾਂ ਸਮਝਦੇ ਹਾਂ ਕਿ ਉਹਦੀ ਤਾਕਤ ਆ ਜਿਹੜੀ ਪਾਰਟੀ ਦੀ ਤਾਕਤ ਆ ਜਿਹੜੀ ਉਹ ਬਣਾਉਣ ਵਾਲੇ ਪਾਸੇ ਤੁਰਨਾ ਵਾ, ਉਹਦੇ ਲਈ ਇਹ ਜਿਹੜੇ ਰਿੱਛੇ ਪਰ ਹੀਰਾ ਸਾਹਿਬ ਕਾਰੇ ਪਿੱਛਾ ਨਹੀਂ ਛੱਡਦੇ, ਉਸ ਵੇਲੇ ਅਕਾਲੀ ਦਲ 'ਚ ਸੀ, ਲੋਕਾਂ ਨੇ ਹੁਣ ਚਲੋ ਕਹਿਣਾ ਨਹੀਂ ਬਣਦਾ ਪਰ ਲੋਕ ਕਈ ਸੋਸ਼ਲ ਮੀਡੀਆ 'ਤੇ ਵੀ ਕਹਿ ਰਿਹਾ ਵੀ ਇਹਨਾਂ ਨੇ ਜਦੋਂ ਜਿਮਨੀ ਚੋਣ ਜਿੱਤੀ ਸੀ ਅਤੇ ਉਦੋਂ ਉੱਧਰੋਂ ਬੇਅਦਬੀ ਦਾ ਮਾਮਲਾ ਹੋਇਆ ਸੀ, ਉੱਧਰੋਂ ਭੰਗੜੇ ਪਾਏ ਸੀ। ਦੇਖੋ ਇਹ ਗੱਲ ਤਾਂ ਸਾਡੇ ਸਾਹਮਣੇ ਹੀ ਆ ਕਿ ਉਦੋਂ ਇਹਨਾਂ ਨੇ ਬੇਅਦਬੀ ਮੁੱਦੇ ਨੂੰ ਆ ਜਿਹੜਾ ਉਹਦੀ ਪੂਰੀ ਤਰ੍ਹਾਂ ਖੰਡਨ ਕੀਤਾ ਸੀ ਜੀ, ਖੰਡਨ ਵੀ ਕੀਤਾ, ਉਹਦੀ ਵਿਰੋਧ ਤੱਕ ਕੀਤੀ ਸੀ ਜੀ, ਕਿਉਂਕਿ ਦੂਜੇ ਪਾਸੇ ਉਹ ਇੱਕ ਵੀਡੀਓ ਹੁਣ ਘੁੰਮ ਰਹੀ ਆ ਜੀ 'ਚ ਬ੍ਰਹਮਪੁਰਾ ਸਾਹਿਬ ਵੀ ਨੱਚ ਰਹੇ ਜੀ, ਪਹਿਲੇ ਦਿਨ ਤੋਂ ਮਤਲਬ ਇਹੋ ਜਿਹੀਆਂ ਗੱਲਾਂ ਦੇ ਲਈ ਆ ਜਿਹੜਾ ਉਹ ਜਿਹੜੀ ਉਹ ਆਪਣਾ ਸੋਸ਼ਲ ਮੀਡੀਆ 'ਤੇ ਗਾਲ ਵੀ ਕੱਢੀ ਸੀ ਉਸ ਤਰ੍ਹਾਂ ਦੀ, ਉਹ ਸਾਰਿਆਂ ਦੇ ਸਾਹਮਣੇ ਆ। ਸੋ ਉਸ ਵੇਲੇ ਕਿਉਂਕਿ ਉਹ ਰਮਨਜੀਤ ਸਿੰਘ ਸਿੱਕੀ ਸੀ ਜਿਹੜਾ ਜਿਹਨੇ ਮਤਲਬ ਗੁਰੂ ਸਾਹਿਬ ਦੀ ਬੇਅਦਬੀ ਦੇ ਵਿਰੋਧ 'ਚ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ, ਦੂਜੇ ਪਾਸੇ ਉਹ ਚੋਣ ਲੜ ਰਿਹਾ ਸੀ ਜੀ, ਸੋ ਉਹਦਾ ਵਿਰੋਧ ਕਰਨ ਦੇ ਨਾਲ ਨਾਲ ਬੇਅਦਬੀ ਕਾਂਡ ਦਾ ਵਿਰੋਧ ਵੀ ਆ ਜਿਹੜਾ ਉਹ ਲਗਾਤਾਰ ਨਿਰੰਤਰ ਆ ਜਿਹੜਾ ਉਹ ਇਹਨਾਂ ਵੱਲੋਂ ਕੀਤਾ ਗਿਆ, ਅਤੇ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਇਹਨਾਂ ਦੇ ਮਨ ਦੇ ਵਿੱਚ ਕੋਈ ਮਤਲਬ ਸਿੱਖੀ ਵਾਲੀ ਗੱਲ ਤਾਂ ਹੈ। ਜਿਹੜਾ ਬਾਦਲ ਕਿਆਂ ਚੋਂ ਆਇਆ ਹੋਇਆ ਵਾ, ਜਿਹੜਾ ਬਾਦਲ ਕਿਆਂ ਦਾ ਸਾਥੀ ਰਿਹਾ ਹੋਇਆ ਉਹ ਮਤਲਬ ਤੱਤੇ ਤਵੇ ਦੇ ਹੱਥ ਰੱਖ ਕੇ ਸੌਂ ਕਰ ਰਹੇ, ਤੁਸੀਂ ਉਹ 'ਤੇ ਭਰੋਸਾ ਨਹੀਂ ਕਰ ਸਕਦੇ ਕਿ ਇਹਦੇ ਮਨ 'ਚ ਸਿੱਖੀ ਹੈ। ਜਿਹੜਾ ਲੰਬਾ ਟਾਈਮ ਇਹ ਪਾਰਟੀ 'ਚ ਰਹਿ ਗਿਆ, ਕਿਤੇ ਨਾ ਕਿਤੇ ਉਹਨਾਂ ਦੀ ਸਹਿਮਤੀ ਨਾਲ ਰਹਿ ਗਿਆ,
ਤੇ ਉਹਨਾਂ ਦੇ ਹੁਕਮ ਤੇ ਚੱਲਦਾ ਰਿਹਾ ਤਾਂ ਹੀ ਰਹਿ ਗਿਆ। ਮੁੱਖ ਮੰਤਰੀ ਵਾਲੀ ਤਾਕਤ ਸੀ ਜੀ, ਪੂਰੀ ਤੂਤੀ ਬੋਲਦੀ ਸੀ। ਸੋ ਉਸ ਕਰਕੇ ਇਹ ਜਿਹੜੇ ਲੋਕ ਨੇ ਸਾਰੇ, ਅਸੀਂ ਇਹਨਾਂ ਤੇ ਭਰੋਸਾ ਨਹੀਂ ਕਰ ਸਕਦੇ। ਇਹਨਾਂ ਦੇ ਮਨ ਦੇ ਵਿੱਚ ਜਿਹੜਾ ਸਿੱਖੀ ਜਜ਼ਬਾ ਵਾ ਜਾਂ ਸਿੱਖੀ ਸਿਧਾਂਤਾਂ ਪ੍ਰਤੀ ਸ਼ਰਧਾ ਸਤਿਕਾਰ ਆ, ਉਹ ਤਾਂ ਹੈ ਨਹੀਂ। ਇਹ ਤਾਂ ਪੂਰਨ ਰੂਪ ਦੇ ਵਿੱਚ ਸਿਆਸੀ ਲੋਕ ਜੀ, ਜਿਨ੍ਹਾਂ ਦਾ ਮਕਸਦ, ਜਿਨ੍ਹਾਂ ਦਾ ਮੰਤਵ ਆਪਣਾ ਲਾਹਾ ਕੱਟਣਾ ਵਾ, ਸਿਆਸੀ ਲਾਹਾ ਕੱਟਣਾ ਵਾ ਤੇ ਆਪਣਾ ਪਦਾਰਥ ਲਾਹਾ ਕੱਟਣਾ, ਹੋਰ ਕੋਈ ਨਹੀਂ ਜੀ। ਸੋ ਸਮਾਂ ਸਾਡਾ ਪੂਰਾ ਹੋ ਚੱਲਿਆ। ਦਰਸ਼ਕੋ, ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟਸ ਦੇ ਜ਼ਰੀਏ ਜ਼ਰੂਰ ਦੱਸਦੇ ਰਹੋ, ਅਤੇ ਹੋਰ ਅਸੀਂ ਬਿਹਤਰ ਕਿਸ ਤਰ੍ਹਾਂ ਪ੍ਰੋਗਰਾਮ ਨੂੰ ਬਣਾ ਸਕਦੇ ਹਾਂ ਉਹ ਵੀ ਦੱਸਦੇ ਰਹੋ। ਅਤੇ ਅੱਜ ਦੇ ਲਈ ਇੰਨਾ ਹੀ, ਕੱਲ੍ਹ ਦੁਬਾਰਾ ਤੋਂ ਤੁਹਾਡੇ ਨਾਲ ਸਾਂਝ ਪਾਵਾਂਗੇ, ਜਿਹੜੀਆਂ ਖਬਰਾਂ ਨੇ ਉਹਨਾਂ 'ਤੇ ਚਰਚਾ ਕਰਾਂਗੇ। ਜਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।